94.3 My FM ਤੇ ਮੇਰੇ ਵੱਲੋਂ ਯਾਨੀ ਆਰਜੇ ਜਸੀ ਦੇ ਵੱਲੋਂ ਸਾਰਿਆਂ ਨੂੰ ਦਿਲੋਂ ਮੋਹ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਸਿਨੇਮਾ, ਪੰਜਾਬੀ ਸੰਗੀਤ ਜਗਤ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਦੇ ਨਾਲ ਬਹੁਤ ਵਾਰੀ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ, ਪਰ ਕੁਛ ਸ਼ਖਸ ਐਸੇ ਹੁੰਦੇ ਆ ਜਿਹੜੇ ਆਪਣੀ ਛਾਪ ਦਿਲਾਂ ਤੱਕ ਛੱਡ ਜਾਂਦੇ ਆ। ਕਹਿੰਦੇ ਕਿ ਜੇ ਡੋਰ ਲੰਮੀ ਹੋਵੇ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਪਤੰਗ ਉੱਪਰ ਤੱਕ ਜਾਊਗਾ, ਗੱਲ ਇਹ ਹੈ ਕਿ ਉਡਾਉਣ ਦਾ ਸਲੀਕਾ ਹੋਣਾ ਜ਼ਰੂਰੀ ਹੈ ਜੀ। ਸੁਰ ਉਹੀ ਸੱਤ ਨੇ, ਪਰ ਉਹਨਾਂ ਸੁਰਾਂ ਦੇ ਨਾਲ ਦਿਲਾਂ 'ਚ ਥਾਂ ਬਣਾਉਣੀ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ, ਯਾਨੀ ਕਿ ਜਿਹਨੂੰ ਸੁਰ ਸੰਭਾਲਣ ਦਾ ਸਲੀਕਾ ਹੋਵੇ। ਇੱਕ ਐਸੀ ਹੀ ਕੁੜੀ ਜਿਹਨੂੰ ਅਸੀਂ ਪਹਿਲਾਂ ਕਦੇ ਰਿਐਲਿਟੀ ਸ਼ੋਅ ਦੇ ਵਿੱਚ ਦੇਖਿਆ ਸੁਣਿਆ, ਫਿਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਯਾਰ ਵਾਕਈ ਸਰਸਵਤੀ ਬਿਰਾਜਮਾਨ ਹੈ ਇਹਨਾਂ ਦੀ ਜ਼ੁਬਾਨ ਦੇ ਉੱਤੇ, ਤਾਂ ਫਿਰ ਉਹ ਆਵਾਜ਼ ਹੁਣ ਇੱਕ ਨਵੇਂ ਗਾਣੇ ਤੱਕ ਪਹੁੰਚੀ ਹੈ ਜਿਹਦਾ ਨਾਮ ਹੈ ਕਰਜ਼, ਔਰ ਉਸ ਸਿੰਗਰ ਦਾ ਨਾਮ ਹੈ ਸਿਮਰ ਕੌਰ। ਤੈਨੂੰ ਮਿਲ ਗਈ ਕੋਈ ਹੋਰ ਹੁਣ ਲੋੜ ਨਹੀਂ ਮੇਰੀ, ਤਾਂ ਕਈ ਸਾਲਾਂ ਤੋਂ ਹਾਲ ਤੂੰ ਮੇਰਾ ਪੁੱਛਿਆ ਨਹੀਂ, ਮੇਰੇ ਵਾਂਗੂ ਉਹ ਵੀ ਕਰਦੀ ਹੋਣੀ ਪਿਆਰ ਤੇ ਤੈਨੂੰ, ਤਾਂ ਲੱਗਦਾ ਹਲੇ ਤੱਕ ਤੇਰਾ ਦਿਲ ਟੁੱਟਿਆ ਨਹੀਂ। ਜਿਵੇਂ ਮੈਨੂੰ ਤੂੰ ਛੱਡਿਆ ਵੇ ਛੱਡ ਜੇ ਕੋਈ ਤੈਨੂੰ ਵੇ, ਜਿਵੇਂ ਤੈਨੂੰ ਮੈਂ ਲੱਭਦੀ ਤੂੰ ਵੇ ਲੱਭੇ ਮੈਨੂੰ ਵੇ। ਮੈਂ ਆਸਾ ਲਾਈ ਜਾਨੀ ਆ, ਮੈਂ ਜਿੰਨਾ ਜ਼ੋਰ ਲਾਵਾਂ ਤੇਥੋਂ ਦੂਰ ਜਾਣ ਲਈ, ਮੈਂ ਉਨਾ ਜ਼ਿਆਦਾ ਨੇੜੇ ਤੇਰੇ ਆਈ ਜਾਨੀ ਆ। ਵੇ ਮੇਰੇ ਕੋਲ ਦੱਸ ਤੇਰਾ ਕੀ ਰਹਿ ਗਿਆ, ਜੋ ਹਲੇ ਤੱਕ ਕਰਜ਼ ਚੁਕਾਈ ਜਾਨੀ ਆ। ਬਿਹਤਰੀਨ ਬਿਹਤਰੀਨ ਸਿਮਰ, ਸ਼ਾਇਦ ਮੈਨੂੰ ਲੱਗਦਾ ਇਹ ਗਾਣਾ ਉਹਨਾਂ ਗਾਣਿਆਂ ਚੋਂ ਹੈ ਜਿਨ੍ਹਾਂ ਨੂੰ ਬੰਦਾ ਪਹਿਲੀ ਵਾਰੀ ਸੁਣਦਾ ਨਾ, ਕਹਿੰਦਾ ਇਹ ਮੇਰੇ ਲਈ ਹੋਣਾ ਚਾਹੀਦਾ, ਇਹ ਮੇਰੇ ਲਈ ਰੱਖ ਲਓ। ਜਦੋਂ ਸਿਮਰ ਨੇ ਸੁਣਿਆ ਸੀਗਾ ਤਾਂ ਸਿਮਰ ਦੀ ਕੀ ਉਸ ਟਾਈਮ ਵਾਈਬ ਸੀਗਾ ਕਿ ਯਾਰ ਮੈਨੂੰ ਇਹ ਗਾਣਾ ਚਾਹੀਦਾ ਹੈ ਕੀ? ਐਗਜੈਕਟਲੀ ਜੋ ਤੁਸੀਂ ਕਿਹਾ ਨਾ, ਸੇਮ ਟੂ ਸੇਮ ਇਹੀ ਸੀ, ਇਹ ਗਾਣਾ ਮੈਨੂੰ ਦੇ ਦਿਓ। ਬਿਕਾਜ਼ ਇਹ ਸੁਣ ਕੇ ਐਕਚੁਅਲੀ ਜਦੋਂ ਤੁਸੀਂ ਸੁਣਦੇ ਹੋ ਹੈ ਨਾ, ਯੂ ਗੈਟ ਗੂਸ ਬੰਪਸ, ਤੇ ਮੇਰਾ ਵੀ ਇਹੀ ਸੀ ਕਿ ਯਾਰ ਇਹ ਬਹੁਤ ਟੱਚਿੰਗ ਹੈ ਔਰ ਕਿਤੇ ਨਾ ਕਿਤੇ ਹਰ ਬੰਦਾ ਨਾ ਰਿਲੇਟ ਕਰਦਾ। ਸੋ ਆਈ ਵਾਜ਼ ਲਾਈਕ ਨੋ, ਆਈ ਵਾਂਟ ਦਿਸ ਸੌਂਗ, ਤੇ ਮੈਨੂੰ ਦੇ ਦਿਓ ਇਹ ਗਾਣਾ ਕਿਸੇ ਤਰੀਕੇ ਨਾਲ। ਤੇ ਨਿਰਮਾਣ ਭਾਜੀ ਉਹਨਾਂ ਦਾ ਲਿਖਿਆ ਤੇ ਕੰਪੋਜ਼ ਇਹਨਾਂ ਨੇ, ਉਹਨਾਂ ਨੇ ਤੁਹਾਨੂੰ ਉਸੇ ਟਾਈਮ ਦੱਸਿਆ ਸੀ ਕਿ ਸਿਮਰ ਆਪਾਂ ਇਹਨੂੰ ਏਦਾਂ ਰੱਖੀਏ, ਜਾਂ ਤੁਹਾਨੂੰ ਇਹ ਵਰਡਸ ਤਾਂ ਬਹੁਤ ਅੱਛੇ ਹੈ ਆਪਾਂ ਨੂੰ ਲਾਈਨ ਏਦਾਂ ਮਿਲ ਜਾਂਦੀ ਹੈ, ਕਿਉਂਕਿ ਆਪਾਂ ਨੂੰ ਇਹ ਵੀ ਹੈ ਕਿ ਆਪਾਂ ਕੁਝ ਵੱਖਰਾ ਵੀ ਕਰਨਾ। ਜੇ ਆਪਾਂ ਸਿੰਪਲ ਹੀ ਗਾਣਾ ਬਣਾਉਣਾ ਹੈ ਉਹ ਤਾਂ ਬਾਕੀ ਗਾਣਿਆਂ ਦੀ ਤਰਜ਼ਾਂ ਦੇ ਉੱਤੇ ਆਰਾਮ ਨਾਲ ਬਣ ਜੂਗਾ, ਪਰ ਇਹਨੂੰ ਤੁਸੀਂ ਵੱਖਰਾ ਕੀਤਾ, ਇਹ ਉਸੇ ਟਾਈਮ ਹੀ ਡਿਸਾਈਡ ਹੋ ਗਿਆ, ਜਾਂ ਤੁਸੀਂ ਉਹਨੂੰ ਲੱਗਿਆ ਕਿ ਇਹਦੇ ਤੇ ਆਪਾਂ ਵਰਕ ਕਰੀਏ? ਕੰਪੋਜੀਸ਼ਨ ਐਕਚੁਅਲੀ ਨਿਰਮਾਣ ਨੇ ਬਣਾਈ ਹੋਈ ਸੀ। ਅੱਛਾ। ਸੋ ਜਦੋਂ ਇਹਨੇ ਮੈਨੂੰ ਸੁਣਾਈ ਤਾਂ ਮੈਨੂੰ ਪਹਿਲੀ ਚੀਜ਼ ਜਿੱਦਾਂ ਤੁਸੀਂ ਕਿਹਾ ਲਿਰਿਕਸ ਬਹੁਤ ਹੀ ਟੱਚਿੰਗ ਨੇ, ਹੈ ਨਾ, ਤੇ ਕੰਪੋਜੀਸ਼ਨ ਬੜੀ ਅਲੱਗ ਸੀ, ਇਟ ਵਾਜ਼ ਆਊਟ ਆਫ ਦ ਬਾਕਸ, ਹੈ ਨਾ, ਇਹ ਇੱਦਾਂ ਦੀ ਰਿਦਮ ਜਾਂ ਇੱਦਾਂ ਦੇ ਜੋ ਉਤਾਰ ਚੜਾਵ ਨੇ ਕੰਪੋਜੀਸ਼ਨ ਅੱਜ ਕੱਲ੍ਹ ਨਹੀਂ ਦੇਖਣ ਨੂੰ ਨਹੀਂ ਹੈਗੇ। ਹਾਂ। ਸੋ ਫਿਰ ਆਈ ਵਾਜ਼ ਲਾਈਕ ਨਹੀਂ, ਇਹੀ ਇਹਦੀ USP ਹੈ, ਸੋ ਮੈਂ ਕਰਨਾ, ਯੂ ਨੋ, ਇਟਸ ਡਿਫਰੈਂਟ। ਤੇ ਇਹਦੇ ਮੈਂ ਜਦੋਂ ਨਾ ਨੀਚੇ ਸ਼ੋਅ ਮੋਡ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਲਿਖੀ ਹੁੰਦੀ ਉੱਥੇ ਪੜ੍ਹਿਆ, ਮੈਨੂੰ ਪਤਾ ਲੱਗਿਆ ਅੱਛਾ ਇਹ ਸ਼ਿੱਦਤ ਐਲਬਮ ਹੈ ਜੀ। ਇੱਕ ਸਮਝ ਨਹੀਂ ਆਈ ਮੈਨੂੰ ਕਿ ਸ਼ਿੱਦਤ ਐਲਬਮ ਦੇ ਵਿੱਚੋਂ ਇਹ ਗਾਣਾ ਹੈ ਜਾਂ ਅੱਗੇ ਹੋਰ ਗਾਣੇ ਆਣਗੇ ਜਾਂ ਕੀ ਸੀਨ ਹੈ? ਸ਼ਿੱਦਤ ਐਲਬਮ ਦੇ ਵਿੱਚ ਜਿੱਦਾਂ ਵੀ ਆਲ ਨੋ ਕਿ ਹੈ ਨਾ, ਇੱਕ ਇੱਕ ਟਰੈਕ ਕਰਕੇ ਰੋਈਨਾ ਵਾਜ ਵਨ ਆਫ ਦ ਮੋਸਟ ਪਾਪੂਲਰ ਟਰੈਕ, ਹੈ ਨਾ। ਸੋ ਉਹ ਸ਼ਿੱਦਤ ਐਲਬਮ ਦੇ ਵਿੱਚੋਂ ਇੱਕ ਇੱਕ ਟਰੈਕ ਜਿਹੜਾ ਹੈ ਉਹ ਰਿਲੀਜ਼ ਕਰਦੇ ਨੇ ਆਫਟਰ ਫਿਊ ਮੰਥਸ, ਤੇ ਇਹ ਜਿਹੜਾ ਗਾਣਾ ਹੈ ਕਰਜ਼, ਇਹ ਉਸ ਐਲਬਮ ਦਾ ਪਾਰਟ ਹੈ। ਅੱਛਾ। ਬਿਕਾਜ਼ ਇਟਸ ਅ ਸੈਡ ਰੋਮਾਂਟਿਕ ਐਲਬਮ ਜੋ ਨਿਰਮਾਣ ਔਰ ਗੋਲਡ ਬੋਏ ਦੀ ਹੈ ਬੇਸਿਕਲੀ, ਸੋ ਉਹਦੇ ਵਿੱਚ ਡਿਫਰੈਂਟ ਡਿਫਰੈਂਟ ਸਿੰਗਰਸ ਦੇ ਜਿਹੜੇ ਗਾਣੇ ਆਉਂਦੇ ਆ ਉਹਦੇ ਵਿੱਚੋਂ ਇਟਸ ਵਨ ਆਫ ਦੈਮ। ਅੱਛਾ, ਮਤਲਬ ਇਹ ਹੋਏਗਾ ਕਿ ਇਹ ਐਲਬਮ ਹੋਏਗੀ ਜਿਹਦੇ 'ਚ ਹੋਰ ਵੀ ਆਰਟਿਸਟ ਹੋਣਗੇ? ਬਿਲਕੁਲ ਜੀ, ਉਹਦੇ 'ਚ ਤੁਹਾਡਾ ਇਹ ਗਾਣਾ ਹੋਊਗਾ। ਰਾਈਟ। ਓਹ ਅੱਛਾ, ਇਹ ਸੀ ਨਾ। ਤੇ ਅੱਛਾ, ਮਿਊਜ਼ਿਕ ਦਿੱਤਾ ਹੈਗਾ ਗੋਲਡ ਬੋਏ ਵਾਲਾ, ਹੈ ਨਾ। ਖੈਰ, ਨਿਰਮਾਣ ਤੇ ਗੋਲਡ ਬੋਏ ਤਾਂ ਇਕੱਠੇ ਹੁੰਦੇ, ਜਦੋਂ ਵੀ ਮੇਰੀ ਗੱਲਬਾਤ ਹੁੰਦੀ ਹੈ ਤਾਂ ਉਹ ਅਕਸਰ ਉਹ ਰੌਣਕਾਂ ਲਾ ਦਿੰਦੇ, ਹੈ ਨਾ। ਕਰੈਕਟ। ਤੇ ਜਦੋਂ ਕੰਪੋਜੀਸ਼ਨ ਤੁਸੀਂ ਕਿਹਾ ਕਿ ਨਿਰਮਾਣ ਉਹਨਾਂ ਨੇ ਦਿੱਤੀ, ਹੈ ਨਾ, ਤਾਂ ਨਿਰਮਾਣ ਉਹਨਾਂ ਨੇ ਬਣਾਈ ਹੋਈ ਸੀ, ਕਿਉਂਕਿ ਲਿਰਿਕਸ ਉਹਨਾਂ ਨੇ ਲਿਖੇ ਤਾਂ ਉਹਨਾਂ ਨੂੰ ਅੰਦਾਜ਼ਾ ਸੀਗਾ ਕਿ ਵੀ ਇਹ ਇੱਦਾਂ ਗਾਇਆ ਜਾਵੇ, ਤਾਂ ਫਿਰ ਜਿਵੇਂ ਗੋਲਡ ਬੋਏ ਖੁਦ ਵਜਾ ਵੀ ਲੈਂਦੇ ਹੋ ਕਿਉਂਕਿ ਮਿਊਜ਼ਿਕ ਤਿਆਰ ਕਰਦੇ ਫਿਰ, ਤੇ ਫਿਰ ਜਦੋਂ ਇਹ ਕੰਪੋਜੀਸ਼ਨ ਬਣਾਈ ਜਾ ਰਹੀ ਸੀ ਤੁਸੀਂ ਪਹਿਲਾਂ ਇਹ ਕਿਹਾ ਗੋਲਡ ਪਹਿਲਾਂ ਤੂੰ ਗਾ ਕੇ ਸੁਣਾ ਕਿਵੇਂ ਬਣਦਾ? ਨਹੀਂ ਨਹੀਂ ਨਹੀਂ, ਗੋਲਡ ਨੇ ਮੈਨੂੰ ਇਦਾਂ ਬਿਲਕੁਲ ਚਾਂਸ ਨਹੀਂ ਦਿੱਤਾ। ਅੱਛਾ। ਉਹਨਾਂ ਨੇ ਮੈਨੂੰ ਕਿਹਾ ਤੁਸੀਂ ਗਾਓ। ਅੱਛਾ। ਲਾਈਕ ਇਦਾਂ ਹੀ ਮਾਈਕ ਲਾਇਆ ਹੋਇਆ ਸੀ, ਸੋ ਹੀ ਵਾਸ ਟੈਲਿੰਗ ਮੀ ਕਿ ਇਦਾਂ ਇਦਾਂ ਇਹ ਇਸ ਲਾਈਨ ਦੀ ਇਹ ਕੰਪੋਜੀਸ਼ਨ ਹੈ, ਇਹ ਕੰਪੋਜੀਸ਼ਨ ਹੈ, ਸੋ ਉਹ ਮੈਨੂੰ ਦੱਸ ਰਹੀ ਸੀ, ਮੈਂ ਇੱਥੇ ਬੈਠ ਕੇ ਗਾ ਰਹੀ ਸੀ, ਇਦਾਂ ਹੋ ਰਿਹਾ ਸੀ। ਦੇਖਿਆ ਜਾਵੇ ਤਾਂ ਸਿਮਰ ਤੁਸੀਂ ਬੜੇ ਗਰਾਊਂਡ ਲੈਵਲ ਤੋਂ ਉੱਠੇ ਹੋ, ਕਿਉਂ? ਕਿਉਂਕਿ ਤੁਸੀਂ ਰਿਐਲਿਟੀ ਸ਼ੋਅਸ ਤੋਂ ਉੱਠੇ ਹੋ, ਇੰਡਸਟਰੀ ਨੂੰ ਤੁਸੀਂ ਬਹੁਤ ਟਾਈਮ ਤੋਂ ਦੇਖ ਰਹੇ ਹੋ, ਇੰਡਸਟਰੀ ਦਾ ਤੁਸੀਂ ਹਿੱਸਾ ਹੋ, ਕੀ ਕਹੋਗੇ ਇੰਨੇ ਦੇਰ ਬਾਅਦ ਮੈਂ ਹੁਣ ਸਮਝ ਗਈ ਇੰਡਸਟਰੀ ਨੂੰ, ਜਾਂ ਹਜੇ ਵੀ ਨਹੀਂ? ਇਹ ਨਾ ਸਮਝ, ਹਜੇ ਨਹੀਂ ਸਮਝੀ ਜਾ ਸਕਦੀ? ਨਹੀਂ ਸਮਝ ਆਉਂਦੀ, ਨਹੀਂ।
वैसे कोशिश करते हैं जित्थों मैं स्टार्ट किया सी उत्थों मैं लगता है हूं मैं काफी स्मार्ट हाँ लेकिन अगर मैं रियल सेंस च बोलना तो नहीं हर दिन कुछ ना कुछ सरप्राइज कोई शौक लग ही जाता सो हजे लगता है कि नहीं देयर इज लॉट टू लर्न सो हजे सीख रहे हैं हायो मेरे डाडिया रबा किना जमिया किना ने ले जानिया है हायो मेरे डाडिया रबा किना जमिया किना ने ले जानिया है मेहंदी लगदी सुहागणा नू नहीं उमर दे दमा तक लेंदी है लगदी सुहागणा नू नहीं उमर दे दमा तक लेंदी है वेरी नाइस वेरी नाइस सिमर देखो ਜਦੋਂ ਰਿਐਲਿਟੀ ਸ਼ੋਅ ਜਦੋਂ ਤੁਸੀਂ ਉਹ ਕੀਤਾ ਸੀਗਾ ਆਵਾਜ਼ ਪੰਜਾਬ ਦੀ ਉਦੋਂ ਤੋਂ ਤੁਸੀਂ ਘਰ ਘਰ ਪਹਿਚਾਣ ਹੋ ਗਈ ਸੀ ਅੱਛਾ ਇਹ ਸਿਮਰ ਨਾਮ ਦੀ ਕੁੜੀ ਹੈ ਇਹ ਤੇ ਉਸ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਵਾਰ ਜਿੰਨੇ ਵਾਰ ਤੁਹਾਡੇ ਗਾਣੇ ਆਏ ਉਨੀ ਵਾਰ ਏਦਾਂ ਕਹਿ ਲਓ ਕਿ ਤੁਹਾਨੂੰ ਕੰਪਲੀਮੈਂਟ ਮਿਲਦੇ ਹੈ ਦੇਖੋ ਕੰਪਲੀਮੈਂਟ ਮਿਲਣਾ ਤੁਹਾਡੇ ਲਈ ਆਮ ਜੀ ਗੱਲ ਹੈ ਉਹ ਬੜੇ ਆਮ ਕੰਪਲੀਮੈਂਟ ਹੋਏ ਨੇ ਕੁੜੀ ਬਹੁਤ ਸੋਹਣਾ ਗਾ ਇਹ ਆਮ ਹੈ ਪਰ ਕੁਝ ਕੰਪਲੀਮੈਂਟਸ ਐਸੇ ਹੁੰਦੇ ਆ ਜਿਹੜੇ ਸਿਮਰ ਤਾ ਉਮਰ ਤੱਕ ਯਾਦ ਰਹਿੰਦੇ ਯਾਰ ਕਿਸੇ ਨੇ ਮੇਰੇ ਲਈ ਆਹ ਅਲਫਾਜ਼ ਵਰਤੇ ਸੀਗੇ ਔਰ ਕੋਈ ਅੱਗੇ ਵੀ ਕੋਈ ਮਤਲਬ ਕਮਾਲ ਦਾ ਬੰਦਾ ਸੀਗਾ ਜਿਹਨੇ ਤੁਹਾਡੇ ਲਈ ਕੁਝ ਐਸੇ ਲਫ਼ਜ਼ ਵਰਤੇ ਹੋਣ ਜੇ ਮੈਂ ਤੁਹਾਡੀ ਲਾਈਫ ਦਾ ਬੈਸਟ ਕੰਪਲੀਮੈਂਟ ਪੁੱਛਾਂ ਕਈ ਹੋਣਗੇ ਪਰ ਐਸਾ ਜਿਹੜਾ ਤੁਹਾਨੂੰ ਤਾ ਉਮਰ ਯਾਦ ਰਹੂਗਾ ਲਾਈਕ ਆਈ ਸੈਡ ਜਿੱਦਾਂ ਇਹ ਗਾਣੇ ਤੋਂ ਪਹਿਲਾਂ ਵੀ ਕਿ ਮਾਨ ਸਾਹਿਬ ਨਾਲ ਜੋ ਮੈਨੂੰ ਓਪਰਚੁਨਿਟੀ ਮਿਲੀ ਸੋ ਮਾਨ ਸਾਹਿਬ ਵਾਜ਼ ਸੋ ਕਾਈਂਡ ਕਿ ਉਹਨਾਂ ਨੇ ਮੈਨੂੰ ਸਟੇਜ 'ਤੇ ਬੁਲਾਇਆ ਇਹ ਗਾਣਾ ਸੁਣਿਆ ਆਈ ਐਕਚੁਲੀ ਉਹਨਾਂ ਦੀ ਸਟੇਜ ਦੇ 10 to 12 minutes ਮੈਨੂੰ ਮਿਲੇ ਸੋ ਆਈ ਵਾਜ਼ ਰੀਅਲੀ ਲੱਕੀ ਹੋ ਮੈਂ ਨਾ ਬਹੁਤ ਫਲੌਂਟ ਵੀ ਕਰਦੀ ਇਹ ਚੀਜ਼ ਕਿਉਂਕਿ ਮੈਂ ਕਦੀ ਨਹੀਂ ਸੋਚਿਆ ਸੀ ਸੋ ਉਹ ਜੋ ਮੂਮੈਂਟ ਸੀ ਮੇਰੇ ਲਈ ਆਈ ਥਿੰਕ ਉਹ 12 minutes ਬਾਏ ਫਾਰ ਮੇਰੀ ਲਾਈਫ ਦੇ ਬੈਸਟ 12 minutes ਸੀ ਦੇ ਵਾਜ਼ ਸੋ ਅਮੇਜ਼ਿੰਗ ਜਾਨੀਆ ਹਾਣੀਆ ਜਾਨੀਆ ਹਾਣੀਆ ਤੂੰ ਵੀ ਸਿੱਖ ਕਦੇ ਦੁੱਖ ਸੁੱਖ ਫੋਲਣਾ ਤੇਰੇ ਬਿਨ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਹੈ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਹੈ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਮੈਂ ਤੁਸੀਂ ਰਿਐਲਿਟੀ ਸ਼ੋਅ ਦਾ ਹਿੱਸਾ ਰਹੇ ਹੋ ਤੁਹਾਡੇ ਨਾਲ ਹੋਰ ਵੀ ਸੀਗੇ ਆਰਟਿਸਟ ਹਾਂਜੀ ਦੇਖੋ ਇਹ ਕਿਉਂ ਹੁੰਦਾ ਕਿ ਆਰਟਿਸਟ ਅੱਛੇ ਹੁੰਦੇ ਆ ਸਾਰੇ ਜਿਹੜੇ ਉੱਥੋਂ ਨਿਖਰਦੇ ਆ ਕਿਉਂਕਿ ਤੁਹਾਡੇ ਅੱਗੇ ਜਿਹੜੇ ਜੱਜ ਬੈਠੇ ਆ ਉਹ ਵੀ ਇੱਕ ਅਹੁਦਾ ਰੱਖਦੇ ਆ ਰਾਈਟ ਕਿਉਂ ਐ ਹੁੰਦਾ ਕਿ ਬਹੁਤ ਲੋਕ ਗਾਇਬ ਹੋ ਜਾਂਦੇ ਆ ਕੀ ਕੀ ਤੁਹਾਨੂੰ ਕੀ ਲੱਗਦਾ ਕੀ ਕੀ ਚੈਲੰਜ ਆਉਂਦੇ ਹੋਣਗੇ ਕਿ ਵੀ ਜਿਸ ਕਰਕੇ ਰਿਐਲਿਟੀ ਸ਼ੋਅ ਦੇ ਕੰਟੈਸਟੈਂਟਸ ਗਾਇਬ ਹੋ ਜਾਂਦੇ ਆ ਮੈਨੂੰ ਲੱਗਦਾ ਕਿ ਰਿਐਲਿਟੀ ਸ਼ੋਅ ਜੋ ਹੈ ਨਾ ਇੱਕ ਸਾਡੇ ਦਿਲ ਦੇ ਵਿੱਚ ਕਨਸੈਪਟ ਹੈ ਕਿ ਰਿਐਲਿਟੀ ਸ਼ੋਅ ਜੇ ਜਿੱਤ ਲਿਆ ਜਾਂ ਅਸੀਂ ਉਹਦਾ ਪਾਰਟ ਬਣ ਗਏ ਨਾ ਤਾਂ ਜਰਨੀ ਸ਼ੁਰੂ ਹੋ ਗਈ ਬਟ ਦ ਰਿਐਲਿਟੀ ਆਫ ਰਿਐਲਿਟੀ ਸ਼ੋਅ ਇਜ਼ ਨੋਟ ਦਿਸ ਮੈਨੂੰ ਇੱਦਾਂ ਲੱਗਦਾ ਕਿ ਜਦੋਂ ਤੁਸੀਂ ਨਿਕਲਦੇ ਹੋ ਨਾ ਜਰਨੀ ਤਾਂ ਸ਼ੁਰੂ ਹੁੰਦੀ ਹੈ ਸਟਰਗਲ ਤੁਹਾਡੀ ਤਾਂ ਸ਼ੁਰੂ ਹੁੰਦੀ ਹੈ ਔਰ ਆਈ ਡੋਨਟ ਨੋ ਮੈਂ ਗਲਤ ਵੀ ਹੋ ਸਕਦੀ ਹਾਂ ਬਟ ਆਈ ਬਿਲੀਵ ਕਿ ਜਦੋਂ ਤੁਸੀਂ ਟੀਵੀ 'ਤੇ ਹੁੰਦੇ ਹੋ ਨਾ ਯੂਨਨ ਇਨ ਅਦਰ ਜ਼ੋਨ ਤੁਹਾਨੂੰ ਲੱਗਦਾ ਨਹੀਂ ਹੁਣ ਤਾਂ ਸਟਾਰ ਹੈ ਹੁਣ ਤਾਂ ਕੋਈ ਚੱਕਰ ਨਹੀਂ ਬਟ ਵੰਸ ਤੁਸੀਂ ਸਕਰੀਨ ਤੋਂ ਜਦੋਂ ਨਿਕਲਦੇ ਹੋ ਫਿਰ ਤੁਸੀਂ ਦੇਖਦੇ ਹੋ ਕਿ ਐਕਚੁਅਲੀ ਫੀਲਡ ਕਿੱਦਾਂ ਕੰਮ ਕਰਦੀ ਹੈ ਯੂ ਨੋ ਉਹ ਸਾਰੀਆਂ ਚੀਜ਼ਾਂ ਤੋਂ ਜਦੋਂ
कुछ लोग क्विट कर जाते हैं, कई लगता कि नहीं यू नो बसदा नहीं है या बहुत लंबा है, बहुत टाइम कंज्यूमिंग है, मनी इज़ वन ऑफ द कॉन्स्टेंट. सो बहुत सारे चैलेंजेस थानू फेस करने पैंदे ने. इट्स नॉट ईजी. मतलब वो जो एक आई थिंक कोई भी बंदा या बच्चा जो रियालिटी शो दे विच एक्सपेक्ट करके जाता है ना, वो रियालिटी जो है उस तो बाद दी है. बाद दी है. एग्जैक्टली. हुंदी कुछ होर है. बिल्कुल होर हुंदी है. और सानू जो वो लगता है आई थिंक वो नहीं हुंदा. वो थानू एक प्लेटफॉर्म है. बट हुण तुसी आप देखो कि इन्ना कॉम्पीटिशन रियालिटी शोज दे विच है, एक एक चैनल तो किन्ने किन्ने लोग आ रहे हैं, बट वो जगह तो उन्नी की है. सो ओ यू नो यू हैव टू फिल इट विद योर हार्ड वर्क, विद योर पेशेंस. प्रोबेबली दैट इज द थिंग. बट पेशेंस है ही नहीं. सो ओ इट्स और ये भी नहीं ना पता कि पेशेंस किन्ने टाइम किन्ने टाइम दिया. एक साल, दो साल, कईयों नू दस दस साल लग जाते हैं. है ना. और मैनू लगता कि एक स्पार्क मिलन नू कि यार कोई ऐसे लफ्ज मैनू लिरिक्स मिल जान कि भी यार जेडे मैं गावां ते मतलब कमाल लोकां नू कमाल हो जाए. है ना. ये मतलब बड़े घट लोकां दे हिस्से चीज आंदी है कि यार कोई ऐसी चीज मिल जाए. है ना. ते जे ਤੁਸੀਂ ਅੱਜ ਕੱਲ ਦੀ ਲਾਈਫ 'ਚ ਜਿਵੇਂ ਜਿਵੇਂ ਵਿਚਰਦੇ ਹੋ, ਕੀ ਸਿਮਰ ਵੀ ਇਹ ਚੀਜ਼ ਨੋਟ ਕਰਦੀ ਹੈ ਕਿਸੇ ਨਾ ਕੋਈ ਲਫ਼ਜ਼ ਕਿਹਾ ਯਾਰ ਇਹ ਲਫ਼ਜ਼ ਕਿੰਨਾ ਚੰਗਾ ਹੈ, ਇਹਦੇ ਤੇ ਗਾਣਾ ਬਣ ਸਕਦਾ, ਆਹ ਲਾਈਨ ਕਿੰਨੀ ਸੋਹਣੀ ਹੈ, ਇਹਦੇ ਤੇ ਕਿਸੇ ਨੇ ਗਾਣਾ ਨਹੀਂ ਬਣਾਇਆ, ਕਦੀ ਨੋਟ ਕਰਦੇ ਹੋ ਨਹੀਂ ਚੀਜ਼ਾਂ? ਪਹਿਲਾਂ ਨਹੀਂ ਸੀ ਕਰਦੀ, ਹੁਣ ਥੋੜ੍ਹਾ ਹੋ ਗਈ ਹਾਂ ਐਕਟਿਵ. ਅੱਛਾ. ਹੁਣ ਮੈਨੂੰ ਵਰਡਸ ਥੋੜ੍ਹੇ ਜਾਂ ਕੋਈ ਹੁੱਕ ਲਾਈਨ ਹੈ ਜਾਂ ਜਿੱਦਾਂ ਕੋਈ ਪ੍ਰੋਵਰਬ ਵੀ ਹੈ, ਜਿੱਦਾਂ ਤੁਸੀਂ ਹੁਣ ਗੱਲ ਕਰ ਰਹੇ, ਮੈਂ ਨੋਟਿਸ ਕਰ ਜਾਣਾ, ਅੱਛਾ ਕਿਹੜੀ ਲਾਈਨ ਹੈ, ਯੂ ਨੋ. ਇਟਸ ਲਾਈਕ ਦੈਟ. ਹੁਣ ਥੋੜ੍ਹਾ ਐਕਟਿਵਲੀ ਆਈ ਜਸਟ ਕੀਪ ਔਨ ਲਿਸਨਿੰਗ. ਓਕੇ. ਜਿਵੇਂ ਕਈ ਕੋਈ ਕਈ ਵਾਰੀ ਕੀ ਹੈ, ਇੱਕ ਇੱਕ ਲਫ਼ਜ਼ ਤੇ ਗਾਣੇ ਬਣ ਗਏ. ਸਿਰਾ ਅੱਤ ਇਹ ਟ੍ਰੈਂਡਿੰਗ ਵਰਡਸ ਆਪਾਂ ਕਹਿ ਸਕਦੇ ਹਾਂ ਕਿ. ਤੇ ਕਦੀ ਸਿਮਰ ਨੇ ਕਿਸੇ ਵਰਡ ਦੇ ਉੱਤੇ ਕਹਿ ਕੇ ਗਾਣਾ ਬਣਵਾਇਆ, ਜਾਂ ਸਿਮਰ ਨੂੰ ਇੱਛਾ ਹੋਈ ਹੈ ਕਿ ਯਾਰ ਮੈਂ ਲਿਰਿਕਸ ਨੂੰ ਕਵਾਂ ਕਿ ਇਹ ਵਰਡ ਦੇ ਉੱਤੇ ਗਾਣਾ ਚਾਹੀਦਾ ਮੈਨੂੰ, ਵੰਗ ਦੇ ਉੱਤੇ ਜਾਂ ਇਹ ਚੀਜ਼ ਗਾਣਾ ਤੇ ਉੱਤੇ? ਨਹੀਂ, ਮੈਂ ਹੁਣ ਆਈ ਥਿੰਕ ਬਹੁਤ ਜਲਦੀ ਮੇਰਾ ਗਾਣਾ ਆਏਗਾ, ਉਹ ਅਸੀਂ ਬਹੁਤ ਇੱਕ ਪ੍ਰੋਵਰਬ ਦੇ ਉੱਪਰ ਹੈ, ਵਿਚ ਇਜ਼ ਵੈਰੀ ਕਿਊਟ ਵਨ. ਮੈਂ ਉਹ ਡਿਸਕਲੋਜ਼ ਨਹੀਂ ਹੁਣੇ ਕਰੂੰਗੀ. ਆਈ ਥਿੰਕ ਉਹ ਅਸੀਂ ਬਹੁਤ ਜ਼ਿਆਦਾ ਯੂ ਨੋ ਆਈ ਐਕਚੁਅਲੀ ਹਰਡ ਇਟ. ਮੈਂ ਕਿਸੇ ਦਾ ਫੇਸਬੁੱਕ ਤੇ ਲੌਂਗ ਬੈਕ ਪੜਿਆ ਸੀ. ਸੋ ਇਟ ਵਾਸ ਸਟਕ ਇਨ ਮਾਈ ਹੈਡ ਕਿ ਇਹ ਯਾਰ ਇਹਦੇ ਤੇ ਕੁਛ ਹੋਣਾ ਚਾਹੀਦਾ. ਸੋ ਫਿਰ ਉਹ ਡਿਸਕਸ ਕਰਕੇ ਜਦੋਂ ਟੀਮ ਨਾ ਹੁੰਦਾ ਫਿਰ ਹਾਂਜੀ ਹੁਣ ਬਣੇਗਾ ਆਏਗਾ. ਅੱਛਾ, ਜਿਵੇਂ ਹੁਣ ਕਰਜ਼ ਗਾਣੇ ਦੀ ਆਪਾਂ ਗੱਲ ਕਰਦੇ ਹਾਂ, ਹਾਂਜੀ, ਨੋ ਡਾਊਟ ਜਿਹੜਾ ਜਿਵੇਂ ਸਟਾਰਟ ਅੱਛਾ ਮਿਲ ਜੇ ਗਾਣੇ ਨੂੰ, ਉਹ ਤੋਂ ਬਾਅਦ ਇਹ ਨਹੀਂ ਹੈ ਕਿ ਵੀ ਗਾਣੇ ਨੂੰ ਸਟਾਰਟ ਅੱਛਾ ਮਿਲ ਗਿਆ ਤੇ ਉਹ ਤੋਂ ਬਾਅਦ ਐ ਜਾਏ. ਨਹੀਂ, ਪੂਰਾ ਅੰਤਰਾ ਵੀ ਹੈ ਕਿ ਲੋਕਾਂ ਨੂੰ ਸੁਣਨ ਦੀ ਤਲਬ ਲੱਗੀ ਰਹੇ, ਯਾਰ ਅਗਲਾ ਅੰਤਰਾ ਕੀ ਹੋਊਗਾ, ਅੱਗੇ ਕੀ ਲਫ਼ਜ਼ ਹੋਣਗੇ, ਇਹ ਕਸਕ ਹੁੰਦੀ ਹੈ ਗਾਣੇ ਦੀ. ਤੇ ਜੇ ਮੈਂ ਇਹਦੇ ਅਗਲੇ ਅੰਤਰੇ ਦੀ ਗੱਲ ਕਰਾਂ ਤਾਂ ਕੀ ਕਹਿੰਦਾ ਇਹਦਾ ਅਗਲਾ ਅੰਤਰਾ? ਇਹ ਚੰਨ ਇਹ ਤਾਰੇ ਆਸਮਾਨ ਸਾਰਾ ਮੈਨੂੰ ਦਿੰਦਾ ਏ ਦਿਲਾਸੇ ਜਹਾਨ ਸਾਰਾ ਮੈਥੋਂ ਦੁਨੀਆ ਨੇ ਸੁਣ ਲਈਆਂ ਪੀੜਾਂ ਮੇਰੀਆਂ ਦੁੱਖ ਰੱਬ ਨੂੰ ਵੀ ਕੀਤਾ ਮੈਂ ਬਿਆਨ ਸਾਰਾ ਤੈਨੂੰ ਨਿਰਮਾਣ ਬਸ ਫਿਕਰ ਨਾ ਆਵੇ ਸ਼ਾਇਰੀ ਚ ਤੇਰੀ ਮੇਰਾ ਜ਼ਿਕਰ ਨਾ ਆਵੇ ਮਨ ਸਮਝਾਈ ਜਾਨੀਆਂ ਮੈਂ ਜਿੰਨਾ ਜ਼ੋਰ ਲਾਵਾਂ ਤੇਥੋਂ ਦੂਰ ਜਾਣ ਲਈ ਮੈਂ ਉਨਾ ਜ਼ਿਆਦਾ ਨੇੜੇ ਤੇਰੇ ਆਈ ਜਾਨੀ ਆ ਵੀ ਮੇਰੇ ਕੋਲ ਦੱਸ ਤੇਰਾ ਕੀ ਰਹਿ ਗਿਆ ਜੋ ਹਲੇ ਤੱਕ ਕਰਜ਼ ਚੁਕਾਈ ਜਾਨੀ ਆ. ਵੈਰੀ ਗੁੱਡ ਸਿਮਰ, ਇਹ ਹੁੱਕ ਲਾਈਨ ਯਾਦ ਰੱਖਿਓ, ਜਿਹੜੀ ਲਾਸਟ ਬੋਲੀ ਉਹ ਵੀ ਤੁਹਾਡੇ ਯਾਦ ਹੋਊਗੀ. ਹੁਣ ਕਰਨਾ ਕੀ ਹੈ ਤੁਹਾਡੇ ਲਈ? ਚੈਲੰਜ ਇਹ ਹੈ, ਜਿਹੜੇ ਆਰਟਿਸਟ ਹੁੰਦੇ ਆ ਨਾ ਉਹਨਾਂ ਦੇ ਬਲੱਡ 'ਚ ਤਾਂ ਇੰਨਾ ਕੁ ਸੰਗੀਤ ਹੋ ਜਾਂਦਾ ਹੈ ਕਿ ਜੇ ਉਹ ਗਾਣਾ ਗਾ ਰਹੇ ਆ ਨਾ ਉਹ ਕਿਸੇ ਹੋਰ ਬਾਲੀਵੁੱਡ ਜਾਂ ਹੋਰ ਕੋਈ ਪੰਜਾਬੀ ਗਾਣਾ ਨਾਲ ਦੀ ਨਾਲ ਟੱਚ ਕਰ ਦਿੰਦੇ ਆ ਉਸੇ ਰਾਗ 'ਚ ਗਾਇਆ ਹੋਇਆ ਗਾਣਾ. ਜੇ ਮੈਂ ਕਹਾਂ ਇਹਦੇ ਨਾਲ ਕੋਈ ਗਾਣਾ ਟੱਚ ਕਰਨਾ, ਕੋਈ ਵੀ ਗਾਣਾ, ਤਾਂ ਕਿਹੜਾ ਹੋਊਗਾ ਜਿਹੜਾ ਇਸੇ ਰਾਗ 'ਚ ਆਜੂਗਾ ਔਰ ਅੱਗੇ ਚੱਲ ਪਊਗਾ? ਇਸ ਕਿਹੜਾ ਹੋਊਗਾ? ਲੈਟ ਮੀ ਥਿੰਕ. ਵੇ ਮੇਰੇ ਕੋਲ ਦੱਸ ਤੇਰਾ ਕੀ ਰਹਿ ਗਿਆ ਜੋ ਹਲੇ ਤੱਕ ਕਰਜ਼ ਚੁਕਾਈ ਜਾਨੀ ਆ ਰਾਮ ਜੀ ਕੀ ਚਾਲ ਦੇਖੋ ਆਖੋ ਮੈਂ ਉਬਾਲ ਦੇਖੋ ਨਾ 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 ਦੇਖੋ ਅਰ ਦਿਲ ਕੋ ਤੁਮ ਸੰਭਾਲ ਦੇਖੋ ਅਰ ਚਾਲ ਦੇਖੋ ਢਾਲ ਦੇਖੋ ਰਗੋ ਮੈਂ ਉਬਾਲ ਦੇਖੋ. ਵੈਰੀ ਨਾਈਸ, ਵੈਰੀ ਨਾਈਸ. ਅੱਛਾ, ਕਹਿੰਦੇ ਹੁੰਦੇ ਆ ਕਿ ਕਿਉਂਕਿ ਓਬਵੀਅਸਲੀ ਗੱਲ ਹੈ ਕਿ ਤੁਸੀਂ ਸਕੂਲ 'ਚ ਵੀ ਗਾਉਂਦੇ ਹੋਵੋਗੇ, ਜਿਹੜਾ ਬੰਦਾ ਗਾਉਂਦਾ ਹੁੰਦਾ ਨਾ ਸਕੂਲ 'ਚ, ਜਿਹੜਾ ਬੱਚਾ ਉਹ ਟੀਚਰਸ ਦਾ ਫੇਵਰੇਟ ਹੁੰਦਾ, ਤੇ ਫਿਰ ਟੀਚਰਸ ਦੇ ਵੱਲੋਂ ਨਾ ਹਮੇਸ਼ਾ ਉਹਦੇ ਜਿਹੜੇ ਨੰਬਰ ਹੈ ਨਾ ਉਹ ਬਣੇ ਰਹਿੰਦੇ ਆ.
ਨੰਬਰ ਮਤਲਬ ਸਾਰੇ ਚਾਹੇ ਐਗਜ਼ਾਮ ਚ ਵੀ ਬਣੇ ਰਹਿੰਦੇ ਆ, ਵੈਸੇ ਵੀ ਨੰਬਰ, ਵੈਸੇ ਵੀ ਨੰਬਰ ਬਣੇ ਰਹਿੰਦੇ ਆ। ਕੀ ਸਿਮਰ ਦੇ ਵੀ ਏਦਾਂ ਹੀ ਨੰਬਰ ਬਣੇ ਰਹਿੰਦੇ ਹੁੰਦੇ ਸੀਗੇ? ਹਾਂਜੀ, ਕਿਉਂਕਿ ਮੈਂ ਸਕੂਲ ਦੀ ਬੈਸਟ ਸਿੰਗਰ ਸੀ, ਪਹਿਲਾਂ ਗਰੁੱਪਸ ਚ ਗਾਉਂਦੀ ਸੀ, ਫਿਰ ਜਦੋਂ ਸੋਲੋ ਤੇ ਆ ਗਏ ਫਿਰ ਨੰਬਰ ਬਣੇ ਰਹਿੰਦੇ ਸੀ, ਫਿਰ ਪ੍ਰਿੰਸੀਪਲ ਮੈਮ ਵੀ ਕੁਛ ਨਹੀਂ ਕਹਿੰਦੇ ਸੀ, ਸੋ ਆਲ ਯੂ ਨੋ ਈਜ਼ੀ ਕੂਲ। ਬਹੁਤ ਵਾਰ ਇਹ ਵੀ ਤਾਂ ਹੁੰਦਾ ਹੋਣਾ ਜਿਵੇਂ ਆਪਣੇ ਉਸ ਟਾਈਮ ਬਾਲ ਸਭਾ ਲੱਗਦੀ ਹੁੰਦੀ ਸੀਗੀ ਜਾਂ ਕੋਈ ਸੈਟਰਡੇ ਮਹੀਨੇ ਦਾ ਲਾਸਟ ਸੈਟਰਡੇ ਜਾਂ ਕੁਛ ਏਦਾਂ ਦਾ, ਹੈ ਨਾ, ਕਿ ਵੀ ਯਾਰ ਸਾਰੇ ਇਕੱਠੇ ਹੁੰਦੇ ਸੀਗੇ, ਤਾਂ ਉਦੋਂ ਕਿਹੜੇ ਗਾਣੇ ਲਈ ਸਿਮਰ ਨੂੰ ਉਂਗਲ ਐ ਹੋ ਜਾਂਦੀ, ਸਿਮਰ ਚਲੋ ਵਾਲਾ ਗਾਣਾ ਗਾਓ, ਚਲੋ ਬੱਚੇ ਚਲੋ ਚਲੋ ਚਲੋ। ਸਭ ਤੋਂ ਜ਼ਿਆਦਾ ਐਕਚੁਅਲੀ ਦੋ ਗਾਣੇ ਨੇ। ਅੱਛਾ, ਇੱਕ ਹੈ ਆਇਆ ਲਾੜੀਏ ਜੋ ਮੈਂ ਤਾਂ ਬਹੁਤ ਗਵਾਇਆ ਸਕੂਲ ਚ, ਹੈ ਨਾ, ਹਰ ਫੋਕ ਚ ਕੋਈ ਵੀ ਕੰਪੀਟੀਸ਼ਨ ਇਹ ਗਾਣਾ ਗਵਾਓ ਤੇ ਭੇਜੋ ਇਹਨੂੰ, ਹੈ ਨਾ। ਔਰ ਦੂਸਰਾ ਗਾਣਾ ਹੁੰਦਾ ਸੀਗਾ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ, ਹਾਂਜੀ, ਇਹ ਦੋ ਗਾਣੇ ਮੇਰੇ ਤੋਂ ਬਹੁਤ ਜ਼ਿਆਦਾ ਗਵਾਏ ਗਏ ਨੇ। ਉਹ ਰਾਗ ਚ ਗਾਇਆ ਤੁਸੀਂ ਜਿਹੜਾ ਨੁਸਰਤ ਸਾਹਿਬ ਨੇ ਗਾਇਆ? ਹਾਂਜੀ, ਨੁਸਰਤ ਸਾਹਿਬ, ਹਾਂਜੀ, ਬਿਲਕੁਲ। ਓਕੇ, ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹਾ ਦੀ ਰਣਕ ਪਵੇ, ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ, ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ, ਮਾਏ ਨੀ ਮਾਏ। ਨਜ਼ਾਰੇਦਾਰ। ਦੇਖੋ ਸਿਮਰ, ਇਸ ਗੱਲ ਤੋਂ ਤੁਸੀਂ ਵਾਕਿਫ ਹੋਵੋਗੇ ਕਿ ਉਸ ਟਾਈਮ ਤੋਂ ਸਫ਼ਰ ਰਿਐਲਿਟੀ ਸ਼ੋਅ ਤੋਂ ਸ਼ੁਰੂ ਹੋ ਕੇ ਅੱਜ ਵੀ ਜਦੋਂ ਵੀ ਗਾਣਾ ਸਿਮਰ ਦਾ ਆਉਂਦਾ, ਹਰ ਵਾਰੀ ਨਵੇਂ ਲੋਕ ਨਵੇਂ ਫੈਨਸ ਤੁਹਾਡੇ ਨਾਲ ਜੁੜਦੇ ਜੀ, ਲੇਕਿਨ ਕੁਛ ਫੈਨ ਐਸੇ ਹੁੰਦੇ ਆ ਜਿਨ੍ਹਾਂ ਦੀ ਲਗਨ ਦੇਖ ਕੇ ਨਾ ਬੰਦਾ ਸੋਚਣ 'ਤੇ ਮਜਬੂਰ ਹੋ ਜਾਂਦਾ, ਯਾਰ ਇਹਦੇ ਅੰਦਰ ਕੀ ਹੈ, ਕਿ ਇਹ ਹੈ ਨਾ, ਮਤਲਬ ਕਿੰਨਾ, ਇਹ ਕਹਿ ਲਓ ਕਿ ਉਹਦੇ ਉਹਦੇ ਅੰਦਰ ਦੀ ਭਾਵਨਾ ਦੇਖ ਕੇ ਬੰਦਾ ਹੈਰਾਨ ਹੋ ਜਾਂਦਾ। ਅਤੇ ਜੇ ਮੈਂ ਸਭ ਤੋਂ ਐਸੇ ਫੈਨ ਦੀ ਗੱਲ ਕਰਾਂ ਜਿਹਨੂੰ ਦੇਖ ਕੇ ਸੋਚ ਕੇ ਸਿਮਰ ਵੀ ਹੈਰਾਨ ਹੁੰਦੀ ਹੈ, ਯਾਰ ਇੰਨੀ ਤਲਬ ਮੁਹੱਬਤ ਕਿਵੇਂ ਕੋਈ ਰੱਖ ਸਕਦਾ? ਜਿਸੀ ਆਈ ਥਿੰਕ ਆਈ ਹੈਵ ਬੀਨ ਰੀਅਲੀ ਲੱਕੀ ਇਸ ਕੇਸ ਦੇ ਵਿੱਚ, ਕਿ ਕਿਉਂਕਿ ਜਿੱਦਾਂ ਅਸੀਂ ਪਹਿਲਾਂ ਵੀ ਰਿਐਲਿਟੀ ਸ਼ੋਅਜ਼ ਦੀ ਗੱਲ ਕਰਦੇ ਸੀ ਨਾ, ਇੰਨੇ ਲੋਕ ਆਉਂਦੇ ਆ, ਸਭ ਨੂੰ ਭੁੱਲ ਜਾਂਦੇ ਆ, ਬਟ ਸਾਡੇ ਰਿਐਲਿਟੀ ਸ਼ੋਅ ਨੂੰ ਵੀ ਬਹੁਤ ਟਾਈਮ ਹੋ ਗਿਆ, ਪਰ ਅੱਜ ਵੀ ਲੋਕ ਜੋ ਯਾਦ ਰੱਖਦੇ ਨੇ, ਮੇਰਾ ਗਾਣਾ ਆਇਆ ਸੀ ਜਦੋਂ ਰਿਐਲਿਟੀ ਸ਼ੋਅ ਤੋਂ ਬਾਹਰ ਨਿਕਲੇ ਸੀ ਤੇਰੀ ਯਾਦ ਚੰਨਾ, ਹੈ ਨਾ, ਉਸ ਤੋਂ ਬਾਅਦ ਰਾਈਟ ਮੇਰਾ ਬਾਲੀਵੁੱਡ 'ਚ ਜਦੋਂ ਦਿਲ ਚੋਰੀ ਆਇਆ ਜਾਂ ਬਾਕੀ, ਹੈ ਨਾ, ਉੱਥੋਂ ਲੈ ਕੇ, ਕਿਉਂਕਿ ਮੈਨੂੰ ਕਈ ਵਾਰ ਲੱਗਦਾ ਸੀ ਕਿ ਯਾਰ ਆਡੀਅੰਸ ਨਾ ਦਿਲ ਚੋਰੀ ਨਾਲ ਨਹੀਂ ਜੁੜੇਗੀ, ਹੈ ਨਾ, ਜੋ ਡਾਚੀ ਵਾਲਿਆਂ ਨਾਲ ਜੁੜੀ ਹੋਈ ਹੈ ਸ਼ਾਇਦ ਦੇ ਡੋਂਟ ਲਾਈਕ ਦੈਟ ਕਾਇੰਡ ਆਫ ਸੌਂਗਸ, ਬਟ ਨੋ, ਕੁਛ ਲੋਕ ਇੰਨੇ ਪੋਜ਼ਿਟਿਵ ਹੁੰਦੇ ਨੇ ਦੈਟ ਤੁਸੀਂ ਕੁਛ ਵੀ ਕਰੋ ਨਾ, ਦੇ ਆਰ ਲਾਈਕ ਕਿ ਮੈਮ ਤੁਸੀਂ ਬੈਸਟ ਹੋ, ਯੂ ਨੋ। ਸੋ ਆਈ ਥਿੰਕ ਇਹ ਬਹੁਤ ਐਨਰਜੀ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਇਹਨਾਂ ਚੀਜ਼ਾਂ ਨਾਲ, ਔਰ ਆਈ ਥਿੰਕ ਆਈ ਹੈਵ ਬੀਨ ਰੀਅਲੀ ਲੱਕੀ, ਕਿਉਂਕਿ ਅੱਜ ਵੀ ਮੈਨੂੰ ਕਈ ਵਾਰੀ ਮੈਸੇਜ ਆਉਂਦੇ ਨੇ ਨਾ ਇੱਦਾਂ ਦੇ ਆਉਂਦੇ, ਉਹ ਮੈਮ ਤੁਸੀਂ ਕਿੱਥੇ ਚਲੇ ਗਏ ਸੀਗੇ, ਯੂ ਨੋ, ਵੀ ਹੈਵ ਬੀਨ ਸਰਚਿੰਗ, ਉਹ ਹੁਣ ਤੁਸੀਂ ਆ ਗਏ ਹੋ, ਹੁਣ ਵਧੀਆ ਮਿਊਜ਼ਿਕ ਸੁਣਾਂਗੇ। ਸੋ ਓਬਵੀਅਸਲੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ, ਇਟ ਇਨਕਰੇਜਸ ਯੂ ਸਮਵੇਅਰ, ਸੋ ਆਈ ਐਮ ਵੈਰੀ ਲੱਕੀ ਇਨ ਦੈਟ ਕੇਸ। ਯੂਟਿਊਬ ਦੇ ਨੀਚੇ ਜਿਹੜੇ ਕਮੈਂਟਸ ਆਉਂਦੇ ਹੁੰਦੇ ਆ, ਤੁਸੀਂ ਉਹਨਾਂ ਨੂੰ ਪੜ੍ਹਨ ਦੀ ਤਲਬ ਰੱਖਦੇ, ਕਿਉਂਕਿ ਉਹ ਡਿਫਰੈਂਟ ਦੁਨੀਆ ਦੇ ਕਿਹੜੇ ਕੋਨੇ 'ਚੋਂ ਆ ਜਾਏ ਤੁਹਾਨੂੰ ਪਤਾ ਨਹੀਂ ਹੈ, ਪਰ ਉਹ ਤੁਹਾਨੂੰ ਉੱਥੇ ਪੜ੍ਹਨ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਨੂੰ? ਬਿਲਕੁਲ, ਮੈਨੂੰ ਤਾਂ ਬਹੁਤ ਮਜ਼ਾ ਆਉਂਦਾ ਹੈ। ਆਈ ਥਿੰਕ ਪੜ੍ਹਦੇ ਸਾਰੇ ਹੈ, ਹਾਂ ਹੈ ਨਾ, ਹਾਂ ਪੜ੍ਹਦੇ ਸਾਰੇ ਹੈ, ਸਹੀ ਗੱਲ। ਮੁੰਡੇ ਕੁੜੀਆਂ ਸਭ ਰਲ ਮਿਲ ਜਾਏਂਗੇ, ਹੋ ਕੇ ਕ੍ਰੇਜ਼ੀ ਜਬ ਫਲੋਰ ਪੇ ਆਏਂਗੇ, ਸਾਰੇ ਮਿਲ ਕੇ ਨੋਟ ਉਡਾਏਂਗੇ, ਜ਼ੂਮ ਕਰ ਕਰਕੇ ਵੀਡੀਓ ਬਣਵਾਏਂਗੇ, ਦਿਲ ਚੋਰੀ ਸਾਡਾ ਹੋ ਗਿਆ ਹੋਏ ਕੀ ਕਰੀਏ ਕੀ ਕਰੀਏ, ਨੈਣੋ ਮੈਂ ਕਿਸੀ ਕੇ ਖੋ ਗਿਆ ਹੋਏ ਕੀ ਕਰੀਏ ਕੀ ਕਰੀਏ, ਓ ਮੈਡਮ ਤੇਰੀ ਚਾਲ ਤੇਰੇ ਸਿਲਕੀ ਸਿਲਕੀ ਬਾਲ, ਅਬ ਮੈਂ ਇਸਸੇ ਜ਼ਿਆਦਾ ਕਿਆ ਕਹੂੰ, ਮੈਨੇਜਰ ਮੈਂ ਡੱਲੀ ਹੋ ਗਿਆ ਓਏ ਕੀ ਕਰੀਏ ਕੀ ਕਰੀਏ, ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ। ਜੇ ਮੈਂ ਗੱਲ ਕਰਾਂ ਉਸ ਟਾਈਮ ਦੇ ਕਿਸੇ ਆਰਟਿਸਟ ਨਾਲ ਜਿਹੜੇ ਤੁਹਾਡੇ ਉਸ ਨਾਲ ਕੰਪੀਟੀਸ਼ਨ ਚ ਹੁੰਦੇ ਸੀਗੇ, ਅਕਸਰ ਗੱਲਾਂ ਬਾਤਾਂ ਹੁੰਦੀਆਂ ਜਾਂ ਸਭ ਗਾਇਬ ਤੁਹਾਡੇ? ਨਹੀਂ, ਰੋਸ਼ਨ ਵਿਆਨਾ ਮੇਰੀ ਗੱਲ ਹੁੰਦੀ। ਅੱਛਾ, ਰੋਸ਼ਨ ਨਾਲ, ਰੋਸ਼ਨ ਵਿਆਨਾ ਹੁੰਦੀ, ਹਾਂਜੀ, ਓਕੇ, ਬਾਕੀ ਵੀ ਸੀਗੇ? ਬਾਕੀ ਜੱਜਸ ਨਾਲ ਹੁੰਦੀ ਹੈ। ਅੱਛਾ, ਹੁਣ ਹਾਂਜੀ, ਕਿਉਂਕਿ ਹੰਸਰ ਸੀਗੇ, ਹੰਸਰ ਨਾਲ ਹੋ ਜਾਂਦੀ ਹੈ ਗੱਲ, ਅਨਾਮਿਕਾ ਦੀ ਸੀਗੇ, ਸੋ ਉਹਨਾਂ ਨਾਲ ਵੀ ਹੋ ਜਾਂਦੀ ਹੈ, ਦੈਨ ਵੀ ਹੈਡ ਸਚਿਨ ਸਰ ਬੈਟਰ ਦੇਖਣਾ ਤਾਂ ਤੁਸੀਂ ਬੰਬੇ ਚਲੇ ਜਾਓ, ਦਿੱਲੀ ਚਲੇ, ਉੱਥੇ ਹੀ ਰਹਿਣ ਲੱਗ ਜਾਓ, ਕੀ ਇਹ ਜ਼ਰੂਰੀ ਹੈ? ਮੈਨੂੰ ਲੱਗਦਾ ਹੁਣ ਨਹੀਂ,
इस पॉइंट ऑफ टाइम ते नहीं, बिकॉज वर्ल्ड बहुत छोटा हो गया. यू नो यूट्यूब ने सब कुछ इन्ना ज्यादा छोटा करता. हाँ कमली वी ऑल्सो ट्रेवल टू बॉम्बे, बट ए नहीं है कि जाके उत्थे रहो एंड ता ही कम होएगा. इट्स नॉट लाइक दैट. कहीं कहते जी स्ट्रगल करना तो मैं बॉम्बे ही जाना पैना है. नहीं इट्स नॉट लाइक दैट. पहला सी मे बी यू नो फिलोसफी इदा दी, बट हुन आई थिंक द वर्ल्ड इज टू स्मॉल. इट्स ऑल इन योर मोबाइल फोन. यू नो सो यू डोंट हैव टू गो एनीवेयर. सही गल है. ओही कहीं कहीं मतलब टिकटॉक तो भी फेमस हो जाते हैं जिदे च दम है ना, जिड़ी जिड़ी चीज कला हैगी ओ तां उहनां दा आ जाणा बाहर. हां जी. सो फिर ओ जगह आई थिंक मैटर नहीं करदी हुण तां बिल्कुल भी नहीं. यस. अच्छा सिमर, की सिमर भी ऐसे कमेंट्स तो तंग आ जांदी है जिहड़े कमेंट इह कहिंदे ਹੁਣ ਤੁਹਾਡਾ ਨਵਾਂ ਗਾਣਾ ਕਦੋਂ ਆਊਗਾ? ਹਜੇ ਕਰਜ਼ ਗਾਣਾ ਪੂਰੇ ਚੰਗੀ ਤਰ੍ਹਾਂ ਫੈਲਿਆ ਵੀ ਨਹੀਂ ਹੁੰਦਾ. ਅਗਲੇ ਭਾਜੀ ਮੈਡਮ ਤੁਹਾਡਾ ਨਵਾਂ ਗਾਣਾ ਕਦੋਂ ਆਊਗਾ? ਐਗਜੈਕਟਲੀ ਹਜੇ 2 ਦਿਨ ਹੋਏ ਨੇ ਗਾਣਾ ਲੀਕ ਹੋਏ. ਹੁਣ ਮੈਨੂੰ ਇਹ ਚੀਜ਼ ਮੈਂ ਸੁਣ ਰਹੀ ਹਾਂ. ਮਾਈ ਗੋਡ. ਹਾਂਜੀ. ਕਿ ਕਦੋਂ ਆ ਰਿਹਾ, ਕਿਹੜਾ ਓਨਰ ਹੈ? ਮੈਡਮ ਤੁਸੀਂ ਰੋਮਾਂਟਿਕ ਹੀ ਕਰਿਓ. ਮੈਡਮ ਤੁਸੀਂ ਸੈਡ ਹੀ ਕਰਿਓ. ਲਾਈਕ ਲੈਟ ਮੀ ਥਿੰਕ. ਇਹਦਾ ਮਤਲਬ ਹੁਣ ਲਾਈਫ ਜੇ ਆਪਾਂ ਕਹਿੰਦੇ ਗਾਣਿਆਂ ਦੀ ਬੜੀ ਘੱਟ ਲਾਈਫ ਰਹਿ ਗਈ ਹੈ ਨਾ ਗਾਣੇ ਦੀ. ਐਬਸੋਲੂਟਲੀ. ਹਾਂਜੀ ਬਹੁਤ ਹੀ ਘੱਟ. ਕੋਈ ਟਾਈਮ ਹੁੰਦਾ ਸੀਗਾ ਸਿਮਰ ਜਦੋਂ ਤੁਸੀਂ ਇਹ ਵੀ ਦੇਖਿਆ ਕਿ ਵੀ ਇੱਕ ਇੱਕ ਸਾਲ 'ਚ ਜਦੋਂ ਬੰਦਾ ਸਾਲ ਜਾਂ ਡੇਢ ਸਾਲ ਬਾਅਦ ਇੱਕ ਐਲਬਮ ਕਰਦਾ ਹੁੰਦਾ ਸੀਗਾ ਪੂਰੀ, ਫਿਰ ਕੀ ਆਇਆ ਕਿ ਬੰਦਾ 8 ਮਹੀਨੇ 'ਚ ਇੱਕ ਗਾਣਾ, ਫਿਰ 6 ਮਹੀਨੇ 'ਚ ਇੱਕ ਗਾਣਾ, ਫਿਰ 4 ਮਹੀਨੇ, ਫਿਰ 3 ਮਹੀਨੇ, ਫਿਰ 2 ਮਹੀਨੇ, ਹੁਣ ਤਾਂ ਇੱਕ ਇੱਕ ਮਹੀਨੇ ਬਾਅਦ ਗਾਣਾ. ਅਤੇ ਸਿਮਰ ਕੀ ਸੋਚਦੀ ਹੈ ਕਿ ਹੋਊਗਾ? ਯਾਰ ਬੜਾ ਡਰ ਲੱਗਦਾ ਹੈ. ਸੱਚੀ ਬਹੁਤ ਡਰ ਲੱਗਦਾ. ਐਂਡ ਇੱਕ ਗਾਣਾ ਹਜੇ ਕੰਪਲੀਟ ਨਹੀਂ ਹੋਇਆ ਹੁੰਦਾ ਹੈ ਨਾ. ਯੂ ਟੇਕ ਟਾਈਮ. ਮੈਨੂੰ ਇੱਦਾਂ ਲੱਗਦਾ ਕਿ ਜਿੱਦਾਂ ਨਾ ਮੈਂ ਨੰਬਰ ਗੇਮਸ ਦੀ ਅਗਰ ਅਸੀਂ ਗੱਲ ਕਰੀਏ ਤਾਂ ਆਈ ਵਾਜ਼ ਲਾਈਕ ਥਿੰਕਿੰਗ ਕਿ ਯਾਰ ਨੰਬਰਸ ਇੱਦਾਂ ਇੰਨੇ ਮਿਲੀਅਨਸ ਹੋਣੇ ਚਾਹੀਦੇ ਆ ਯੇ ਵੋ. ਸੋ ਫਿਰ ਮੈਨੂੰ ਸਭ ਨੇ ਕਿਹਾ ਕਿ ਰੋਮਾਂਟਿਕਸ ਹੈ ਟੇਕ ਟਾਈਮ. ਯੂ ਨੋ ਯੂ ਹੈਵ ਟੂ ਚਿਲ. ਕਿ ਇਹ ਨਹੀਂ ਕਿ ਯੂ ਨੋ ਰਾਤੋ ਰਾਤ ਇਟ ਗੋਨਾ ਬੀ ਲਾਈਕ ਦੈਟ. ਐਂਡ ਆਈ ਵਾਂਟ ਕਿ ਜੈਨੂਇਨਲੀ ਲੋਕਾਂ ਤੱਕ ਪਹੁੰਚੇ ਹੈ ਨਾ, ਐਂਡ ਦੇ ਸ਼ੁੱਡ ਹੀਅਰ ਇਟ ਅਪ. ਬਟ ਉੱਥੇ ਹੀ ਫਿਰ ਦੂਸਰਾ ਪ੍ਰੈਸ਼ਰ ਹੈ, ਅੱਛਾ ਨੈਕਸਟ, ਕਿਉਂਕਿ ਹੁਣ ਜ਼ਿਆਦਾ ਗੈਪ ਨਹੀਂ ਪਾ ਸਕਦੇ. ਸੋ ਆਈ ਡੋਂਟ ਅੰਡਰਸਟੈਂਡ ਦਿਸ ਫਿਲੋਸਫੀ, ਪਰ ਹਾਂ ਦਿਸ ਇਜ਼ ਦ ਟ੍ਰੈਂਡ ਐਂਡ ਆਈ ਥਿੰਕ ਯੂ ਹੈਵ ਟੂ ਡੂ ਇਟ. ਕਿਉਂਕਿ ਆਰਟਿਸਟ ਐਵਰੀ ਡੇ ਯੂ ਨੋ ਇਜ਼ ਦੇ ਆਰ ਕਮਿੰਗ ਵਿਦ ਨਿਊ ਸੌਂਗ. ਸੋ ਫਿਰ ਉਹ ਕਿਹੜਾ ਗਾਣਾ ਕਿਹੜੇ ਗਾਣੇ ਨੂੰ. ਰੋਈਨਾ ਦੇ ਪਿੱਛੇ ਇੱਕ ਸਟੋਰੀ ਹੈ, ਬਿਕੋਜ਼ ਜਦੋਂ ਮੈਂ ਰੋਈਨਾ ਦਾ ਅਨਪਲੱਗਡ ਕੀਤਾ ਸੀ ਐਂਡ ਆਈ ਰਿਮੈਂਬਰ ਜਦੋਂ ਅਸੀਂ ਉਹ ਅਨਪਲੱਗਡ ਅਪਲੋਡ ਕੀਤਾ, ਉਸ ਤੋਂ ਬਾਅਦ ਨਿਰਮਾਣ ਦਾ ਸਾਨੂੰ ਫੋਨ ਆਇਆ ਸੀ ਕਿ ਮੈਂ ਇਸ ਕੁੜੀ ਨਾਲ ਗਾਣਾ ਕਰਨਾ. ਸੋ ਦਿਸ ਇਜ਼ ਹਾਓ ਕਰਜ਼ ਹੈਪਨਡ ਟੂ ਮੀ. ਅਰੇ ਵੈਰੀ ਗੁੱਡ ਯਾਰ. ਹਾਂਜੀ. ਸੋ ਉਸ ਤਰ੍ਹਾਂ ਦਾ ਇਹ ਮਤਲਬ ਸਬੱਬ ਬਣਿਆ ਸੀਗਾ. ਔਰ ਮੈਨੂੰ ਇੰਨਾ ਅੱਛਾ ਫੀਲ ਹੁੰਦਾ ਕਿ ਰੋਈਨਾ ਸ਼ਿੱਦਤ ਦਾ ਗਾਣਾ ਸੀ ਔਰ ਮੇਰਾ ਗਾਣਾ ਵੀ ਸ਼ਿੱਦਤ 'ਚੋਂ ਹੈ. ਤੇਰੀ ਗਲੀ ਚੋਂ ਘਰ ਛੱਡ ਕੇ ਦੂਜੇ ਮੁਹੱਲੇ ਵਿੱਚ ਘਰ ਪਾ ਲਿਆ, ਸਵੇਰ ਦੀ ਅਜ਼ਾਨ ਸੁਣ ਕੇ ਨਮਾਜ਼ ਦੀ ਜਗ੍ਹਾ ਤੇ ਤੇਰਾ ਨਾਮ ਮੈਂ ਲਿਆ. ਦੋਹਾਂ ਦੀ ਸੁਣੀ ਨਾ ਅੱਲਾ ਗੈਰ ਹੋ ਗਿਆ, ਉੱਤੋਂ ਦੁਨੀਆ ਦਾ ਸਾਡੇ ਨਾਲ ਵੈਰ ਹੋ ਗਿਆ. ਵੇਖੀ ਇਕੱਲਿਆ ਕਿਤੇ ਨਾ ਰੁਲ ਜਾਈ ਵੇ, ਰੋਈ ਨਾ ਜੇ ਯਾਦ ਮੇਰੀ ਆਈ ਵੇ, ਖੁਸ਼ ਰਹੀ ਅੱਖਾਂ ਨਾ ਪਰ ਆਈ ਵੇ. ਹੋਇਆ ਕੀ ਜੇ ਤੂੰ ਮੈਥੋਂ ਦੂਰ ਹੋ ਗਿਆ, ਸੁਪਨਾ ਦੋਹਾਂ ਦਾ ਚੂਰੋ ਚੂਰ ਹੋ ਗਿਆ. ਤੇਰੇ ਨਾਲ ਰਹੂੰ ਮੇਰੀ ਪਰਛਾਈ ਵੇ, ਰੋਈ ਨਾ. ਵੈਰੀ ਨਾਈਸ ਯਾਰ, ਵੈਰੀ ਨਾਈਸ. ਅੱਛਾ ਸਿਮਰ, ਕਿਹੜੇ ਕੰਮ ਨੂੰ ਸਿਮਰ ਇਹ ਕਹਿੰਦੀ ਹੈ ਘਰਦਿਆਂ ਨੂੰ ਦਿਲੋਂ ਦੱਸੇ ਜਵਾਬ? ਕਿਹੜੇ ਕੰਮ ਨੂੰ ਇਹ ਕਹਿੰਦੀ ਸਿਮਰ ਲੈ ਮੈਂ ਇਹ ਕਰਦੀ ਚੰਗੀ ਲੱਗਦੀ ਹਾਂ, ਮੈਨੂੰ ਨਾ ਕਿਆ ਕਰੋ ਇਹ ਕੰਮ? ਮੈਂ ਬਹੁਤ ਸਾਰੇ ਕੰਮ ਯਾਰ, ਮਤਲਬ ਘਰ 'ਚ ਤਾਂ ਕੋਈ ਮਤਲਬ ਫੁਟੇਜ ਦਿੰਦਾ ਹੀ ਨਹੀਂ ਹੈ ਮੈਨੂੰ. ਸੋ ਯਾ, ਸੋ ਮੈਂ ਬਹੁਤ ਸਾਰੇ ਕੰਮਾਂ ਨੂੰ ਇਹ ਕਹਿੰਦੀ ਯਾਰ ਪਲੀਜ਼ ਯਾਰ ਯਾਰ ਪਲੀਜ਼ ਡੋਂਟ ਸੇ ਦਿਸ. ਉਹ ਕੁਛ ਵੀ ਮਤਲਬ ਕੋਈ ਵੀ, ਹੁਣ ਤਾਂ ਮੈਂ 2 ਦਿਨ ਤੋਂ ਜ਼ਿਆਦਾ ਪਾਓ ਖਾ ਰਹੀ ਹਾਂ ਨਵਾਂ ਗਾਣਾ. ਔਰ ਸਿਮਰ ਇਹ ਵੀ
ਨੂੰ ਮੌਕਾ ਆਂਦਾ ਜਦੋਂ ਤੁਸੀਂ ਕਰਦੇ ਨੂੰ ਕਿਹਾ ਹੋਇਆ ਕਿ ਜਦੋਂ ਸਾਰੇ ਬੈਠੇ ਹੋਣ ਮੈਨੂੰ ਕਿਹਾ ਨਾ ਕਰੋ ਤੁਸੀਂ ਏਦਾਂ ਗਾਣ ਨੂੰ ਕਿ ਯਾਰ ਮਤਲਬ ਇਹ ਤਾਂ ਨਾ ਟੌਰਚਰ ਹੋ ਜਾਂਦਾ ਟੌਰਚਰ ਹੋ ਜਾਂਦਾ ਯਾਰ ਸਾਰੇ ਰਿਸ਼ਤੇਦਾਰ ਬੈਠੇ ਆ ਚਲੋ ਚਲ ਸਿਮਰ ਗਾ ਦੇ ਦੱਸ ਕੋਈ ਐਵੇਂ ਮਤਲਬ ਤੁਸੀਂ ਕਿਸੇ ਵੀ ਸ਼ੋਅ ਮਤਲਬ ਕਿਸੇ ਵੀ ਫੰਕਸ਼ਨ ਦੇ ਉੱਤੇ ਜਾਂ ਕੋਈ ਵੀ ਬਰਥਡੇ ਸ਼ਾਦੀ ਕੁਝ ਵੀ ਹੈ ਨਾ ਤੁਸੀਂ ਗੈਸਟ ਹੋ ਹੀ ਨਹੀਂ ਜਾ ਕੇ ਤੁਸੀਂ ਸਿੰਗਰ ਹੀ ਹੋ ਸਹੀ ਗੱਲ ਹੈ ਸੁਣਾਏ ਦੋ ਲਾਈਨਸ ਨਾਲ ਸੋ ਉਹ ਨਾ ਬਹੁਤ ਟਾਰਚਰ ਹੋ ਜਾਂਦਾ ਸਹੀ ਗੱਲ ਹੈ ਸਹੀ ਅੱਛਾ ਸਿਮਰ ਵੈਸੇ ਤਾਂ ਤੁਹਾਡੇ ਗਾਏ ਹੋਏ ਗਾਣੇ 'ਚ ਬੀਟ ਗਾਣੇ ਵੀ ਹੈਗੇ ਆ ਹਾਂਜੀ ਸੂਦਿੰਗ ਗਾਣੇ ਵੀ ਹੈਗੇ ਜੇ ਬੀਟ ਦੀ ਕਿਤੇ ਕਮੀ ਵੀ ਲੱਗਦੀ ਹੈ ਤਾਂ ਬੰਦਾ ਉੱਥੇ ਫੋਕ ਐਡਜਸਟ ਕਰ ਦਿੰਦਾ ਪਰ ਜਿਹੜੀ ਇੱਕ ਆਪਣੀ ਲਾਇਬ੍ਰੇਰੀ ਕ੍ਰੀਏਟ ਕਰਨੀ ਹੁੰਦੀ ਹੈ ਸਿਮਰ ਕੀ ਲੱਗਦਾ ਕਿ ਜਿੱਥੇ ਸਿਮਰ ਨੂੰ ਲੱਗਦਾ ਕਿ ਮੇਰਾ ਵੀਕ ਪੁਆਇੰਟ ਆ ਨਾ ਬਣੇ ਮੇਰੀ ਲਾਇਬ੍ਰੇਰੀ 'ਚ ਆਹ ਚੀਜ਼ ਵੀ ਹੋਵੇ ਤਾਂ ਕੀ ਲੱਗਦਾ ਸਿਮਰ ਕਿ ਅੱਗੇ ਤੁਹਾਨੂੰ ਇਸ ਚੀਜ਼ ਦੀ ਲੋੜ ਹੈ ਕਿ ਮੈਂ ਆਪਣੀ ਲਾਇਬ੍ਰੇਰੀ 'ਚ ਆਹ ਚੀਜ਼ ਵੀ ਰੱਖਣੀ ਹੈ ਕੀ ਮੈਨੂੰ ਲੱਗਦਾ ਕਿ ਮੈਂ ਨਾ ਕੋਈ ਪਰਟੀਕੁਲਰ ਜੋਨਰ 'ਤੇ ਸਟਿਕ ਨਹੀਂ ਹੋਣਾ ਇਹ ਮੇਰੀ ਸਭ ਤੋਂ ਵੱਡੀ ਅਚੀਵਮੈਂਟ ਹੋਏਗੀ ਕਿਉਂਕਿ ਆਈ ਥਿੰਕ ਇੱਕ ਸਿੰਗਰ ਨੂੰ ਵਰਸਟਾਈਲ ਹੋਣਾ ਚਾਹੀਦਾ ਔਰ ਮੈਂ ਬਹੁਤ ਲੱਕੀ ਰਹੀ ਹਾਂ ਮੈਂ ਫੋਕ ਵੀ ਕਰਿਆ ਡਾਚੀ ਵਾਲਿਆ ਮੱਥੇ 'ਤੇ ਚਮਕਣ ਵਾਲ ਹੈ ਨਾ ਅਗਰ ਅਰਬਨ ਬੀਟ ਕਰੀਏ ਤਾਂ ਦਿਲਚੋਰੀ ਬਿਲਨੀਅਰ ਹੈ ਨਾ ਸੈਡ ਕਰੀਏ ਤਾਂ ਕਰਜ਼ ਆ ਗਿਆ ਅੱਗੇ ਹੋਰ ਵੀ ਬਹੁਤ ਸਾਰੇ ਡਿਫਰੈਂਟ ਜੋਨਰਸ ਮੈਂ ਨਾ ਹਰ ਜੋਨਰ ਟਰਾਈ ਕਰਨਾ ਚਾਹੁੰਦੀ ਹਾਂ ਮੈਨੂੰ ਇਹ ਨਾ ਹੋਵੇ ਕਿ ਜਦੋਂ ਮੇਰਾ ਨਾਮ ਆਵੇ ਨਾ ਤਾਂ ਯਾਰ ਇਹ ਤਾਂ ਸੈਡ ਹੀ ਚੰਗਾ ਗਾਉਂਦੀ ਹੈ ਜਾਂ ਇਹ ਯੂ ਨੋ ਇਹ ਫੋਕ ਲਈ ਇਹਦੀ ਆਵਾਜ਼ ਹੈ ਆਈ ਐਮ ਨੋਟ ਅਗੇਂਸਟ ਐਨੀ ਜੋਨਰ ਬਟ ਆਈ ਵਾਂਟ ਟੂ ਟਰਾਈ ਐਵਰੀਥਿੰਗ ਮਤਲਬ ਆਈ ਰੀਅਲੀ ਵਾਂਟ ਕਿ ਮਾਈ ਲਾਇਬ੍ਰੇਰੀ ਸ਼ੁੱਡ ਬੀ ਡਿਫਰੈਂਟ ਇਹ ਨਹੀਂ ਕਿ ਇੱਕ ਗਾਣਾ ਜਾਂ ਪਰਟੀਕੁਲਰ ਜੋਨਰ ਰੋਮਾਂਟਿਕ ਹੈ ਨਾ ਅੱਛਾ ਇੱਕ ਵਧੀਆ ਗਾਏਗੀ ਸੈਡ ਮਤਲਬ ਬੀਟ ਨਹੀਂ ਅੱਛਾ ਗਾਏਗੀ ਨੋ ਆਈ ਵਾਂਟ ਟੂ ਸਿੰਗ ਐਵਰੀਥਿੰਗ ਤੇ ਜਿਵੇਂ ਜਿਵੇਂ ਤੁਸੀਂ ਹਰ ਚੀਜ਼ ਦਾ ਗਾਣਾ ਚਾਹੁੰਦੇ ਹੋ ਅੱਛੀ ਗੱਲ ਹੈ ਔਰ ਤੁਸੀਂ ਮੈਨੂੰ ਲੱਗਦਾ ਇਹ ਸ਼ੌਕ ਉਦੋਂ ਪੂਰਾ ਕੀਤਾ ਸੀਗਾ ਜਦੋਂ ਤੁਸੀਂ ਮੈਨੂੰ ਲੱਗਦਾ ਉਦੋਂ ਰੂਲ ਵੀ ਹੁੰਦਾ ਇਹ ਕਿ ਵੀ ਜੇ ਤੁਸੀਂ ਰਿਐਲਿਟੀ ਸ਼ੋਅ ਦੇ ਵਿੱਚ ਹਿੱਸਾ ਬਣੇ ਹੋ ਤਾਂ ਤੁਹਾਨੂੰ ਹਰ ਤਰ੍ਹਾਂ ਦਾ ਗਾਣਾ ਗਾਣਾ ਹੈ ਇਹ ਨਹੀਂ ਕਿ ਇੱਕ ਤੁੱਕਾ ਮਾਰ ਕੇ ਤੁਸੀਂ ਆਡੀਸ਼ਨ ਕਲੀਅਰ ਕਰਕੇ ਉੱਪਰ ਚਲੇ ਗਏ ਤਾਂ ਬਣਨੇ ਉਦੋਂ ਹਰ ਤਰ੍ਹਾਂ ਦਾ ਗਾਣਾ ਗਾਣਾ ਵੀ ਪੈਂਦਾ ਹੈਗਾ ਕਦੀ ਕੋਈ ਐਸਾ ਗਾਣਾ ਗਾਇਆ ਕਿ ਜੱਜ ਵੀ ਮੂਹਰੇ ਬੈਠਾ ਉਹਦਾ ਹੀ ਗਾਣਾ ਗਾਇਆ ਹੋਵੇ ਤੁਸੀਂ ਮੈਂ ਹਾਂਜੀ ਮਤਲਬ ਪਹਿਲਾਂ ਨਾ ਸਟ੍ਰੈਟੇਜੀ ਲੱਗਦੀ ਸੀ ਕਿ ਅਗਰ ਜੱਜ ਨੂੰ ਇੰਪ੍ਰੈਸ ਕਰਨਾ ਨਾ ਉਹਦਾ ਗਾਣਾ ਪਰ ਇਟ ਡਸਨਟ ਵਰਕ ਯਾ ਮਤਲਬ ਸਾਡੇ ਐਂਕਰ ਹੁੰਦੇ ਸੀਗੇ ਉਸ ਟਾਈਮ ਤੇ ਦਿਵਿਆ ਦੱਤਾ ਹੈ ਨਾ ਤੂੰ ਦਿਵਿਆ ਦੀਦੀ ਮੈਨੂੰ ਲੱਗਿਆ ਉਹਨਾਂ ਦੀ ਨਾ ਮੇਰੀ ਚੁੰਨੀ ਦਾ ਚਮਕੇ ਗੋਟਾ ਨੀ ਔਰ ਉਸ ਗਾਣੇ ਕਰਕੇ ਮੈਂ ਲਿਮੀਨੇਟ ਹੋ ਗਈ ਮਾਈ ਗੋਡ ਆਈ ਸਵੇਅਰ ਸੋ ਇਟ ਹੈਪਨ ਮਤਲਬ ਕਿ ਤੁਸੀਂ ਜੋ ਅੱਛਾ ਗਾਓਗੇ ਨਾ ਉਹ ਹੁੰਦਾ ਪਰ ਹਾਂ ਇਹ ਯੂਜਲੀ ਨਾ ਸਾਰੇ ਜਿਹੜੇ ਕੰਟੈਸਟੈਂਟਸ ਹੁੰਦੇ ਨੇ ਉਹਨਾਂ ਦੀ ਸਟ੍ਰੈਟੇਜੀ ਹੁੰਦੀ ਹੈ ਮੈਂ ਹਾਂਸਰ ਦੇ ਬੜੇ ਸਾਰੇ ਗਾਣੇ ਗਾਏ ਸੀ ਬਟ ਹਾਂ ਉਹ ਵਾਲਾ ਬੈਕਫਾਇਰ ਕਰ ਗਿਆ ਸੀ ਅੱਛਾ ਮੈਂ ਨਾ ਤੁਹਾਡਾ ਇੱਕ ਗਾਣਾ ਸੁਣਿਆ ਸੀਗਾ ਅਨਪਲੱਗਡ ਚ ਸੀਗਾ ਉਹ ਗਾਣਾ ਯਾਰ ਉਹ ਗਾਣਾ ਬਹੁਤ ਘੱਟ ਸਟੇਜਿਸ ਤੇ ਗਾਇਆ ਜਾਂਦਾ ਲੇਕਿਨ ਉਹ ਚੀਜ਼ ਬੜੀ ਕਮਾਲ ਦੀ ਹੈ ਮਤਲਬ ਸ਼ਾਇਦ ਤੁਸੀਂ ਆਪਣੇ ਲਾਈਵ ਸ਼ੋਅ ਚ ਗਾਉਂਦੇ ਹੋਵੋਗੇ ਕਿ ਸਾਨੂੰ ਨਹਿਰ ਵਾਲੇ ਪੁੱਲ ਤੇ ਹਾਂ ਉਹ ਸ਼ੁਰੂ ਕਿੱਥੋਂ ਹੁੰਦਾ ਭਲਾ ਉਹ ਸ਼ੁਰੂ ਤਾਂ ਇੱਥੋਂ ਹੀ ਹੁੰਦਾ ਹੈ ਨਹੀਂ 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 ਮੈਂ ਅੰਤਰਾ ਤੋਂ ਗਾਇਆ ਉਹ ਡਿਫਰੈਂਟ ਡਿਫਰੈਂਟ ਸਭ ਨੇ ਗਾਇਆ ਅੱਛਾ ਅੱਛਾ ਹਾਂ ਉੱਡਦਾ ਨਾ 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 ਇਹ ਅੰਤਰਾ ਹੈ ਨਾ ਅੰਤਰਾ ਹਾਂ ਅੱਜ ਫਿਰ ਇੱਥੋਂ ਹੀ ਆ ਜਾਓ ਉੱਡਦਾ ਦੁਪੱਟਾ ਮੇਰਾ ਮਲ ਮਲ ਦਾ ਦਿਲ ਉੱਤੇ ਜ਼ੋਰ ਚ ਨਾ ਨਹੀਂ ਉਹ ਚੱਲਦਾ ਐਵਰੀਬਾਡੀ ਕੈਨ ਡੂ ਦਿਸ ਉੱਡਦਾ ਦੁਪੱਟਾ ਮੇਰਾ ਮਲ ਮਲ ਦਾ ਦਿਲ ਉੱਤੇ ਜ਼ੋਰ ਚ ਨਾ ਨਹੀਂ ਉਹ ਚੱਲਦਾ ਆਵੇਂਗਾ ਮਨਾਵਾਂਗੀ ਮੈਂ ਹੱਥ ਜੋੜ ਕੇ ਮਾਹੀ ਵੇ ਤੂੰ ਕਿੱਸਾ ਕੀਤਾ ਕਿਹੜੀ ਗੱਲ ਦਾ ਸਾਨੂੰ ਪਿਆਰ ਵਾਲੀ ਪੌੜੀ ਤੇ ਚੜ੍ਹਾ ਕੇ ਉਹ ਸਾਨੂੰ ਪਿਆਰ ਵਾਲੀ ਪੌੜੀ ਤੇ ਚੜ੍ਹਾ ਕੇ ਵੇਖੋ ਰੇ ਮਾਹੀ ਕਿੱਥੇ ਰਹਿ ਗਿਆ ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਉਹ ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਤੇ ਖੋਰੇ ਮਾਹੀ ਉਹ ਗਾਣਾ ਗਾ ਰਹੇ ਸੀਗੇ ਜਦੋਂ ਤੁਸੀਂ ਰਾਮ ਜੀ ਕੀ ਚਾਲ ਦੇਖੋ ਕਰ ਰਹੇ ਸੀ ਉਹਦੇ ਵਿੱਚ ਆਪਾਂ ਦੰਦ 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 ਕਰ ਲਿਆ ਸੀਗਾ ਇੱਕ ਵਾਰੀ ਨਾ ਮਾਨ ਸਾਹਿਬ ਦਾ ਰਿਐਲਿਟੀ ਸ਼ੋਅ ਉਹ ਨਾ ਲਾਈਵ ਸ਼ੋਅ ਚੱਲ ਰਿਹਾ ਸੀਗਾ ਜੀ ਗੁਰਦਾਸ ਮਾਨ ਸਾਹਿਬ
ਕਦੀ ਸਟੇਜ ਤੇ ਹੋਇਆ ਕਦੀ ਇਦਾਂ? ਬੜੀ ਵਾਰੀ, ਮਤਲਬ ਆਈ ਐਮ ਸੋ ਬੈਡ ਵਿਦ ਲਿਰਿਕਸ। ਅਗਰ ਮੇਰਾ ਆਈਪੈਡ ਜਾਂ ਡਾਇਰੀ ਨਹੀਂ ਹੈ ਨਾ, ਮਤਲਬ ਇਹ ਹੀ ਇਜ਼ ਸਟੈਂਡਿੰਗ ਹੈ ਨਾ, ਹੀ ਇਜ਼ ਮਾਈ ਮੈਨੇਜਰ ਐਂਡ ਹੀ ਨੋਜ਼ ਕਿ ਮਤਲਬ ਕੁਝ ਹੋਏਗਾ। ਸੋ ਮੈਂ ਬੜੀ ਵਾਰੀ ਕੀਤਾ, ਕਈ ਵਾਰੀ ਜਿੱਦਾਂ ਮੈਨੂੰ ਯਾਦ ਹੈ ਇੱਕ ਸਲੀਮ ਭਾਜੀ ਨਾਲ ਮੈਂ ਸ਼ੋਅ ਕਰ ਰਹੀ ਸੀ, ਸੋ ਮੈਂ ਉਹਨਾਂ ਦਾ ਨਾ ਉਸ ਟਾਈਮ ਗਾਣਾ ਆਇਆ ਸੀ ਇੱਕ ਵਾਰੀ ਹਾਂ ਕਰਦੇ ਸੋਹਣਿਆ, ਅਤੇ ਮੈਂ ਸਟੇਜ 'ਤੇ ਗਾ ਰਹੀ, ਉਹਨਾਂ ਨੇ ਮੈਨੂੰ ਬੁਲਾਇਆ ਕਿ ਹਾਂ ਹੁਣ ਸਿਮਰ ਗਾਏਗੀ ਵਾਵਾ, ਅਤੇ ਮੈਂ ਸਟੇਜ 'ਤੇ ਗਈ ਐਂਡ ਮੈਂ
ਅਸੀਂ ਹਾਂ ਨਾ ਨਾ ਮੈਂ ਉਹਨਾਂ ਦੀ ਲਾਈਨਸ ਗਾ ਰਹੀ ਹਾਂ ਉੱਥੇ ਖੜੀ ਹੋ ਕੇ, ਔਰ ਉਹ ਮੈਨੂੰ ਦੇਖੀ ਜਾ ਰਹੇ, ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਨੂੰ ਕਿਉਂ ਦੇਖ ਰਿਹਾ, ਮੈਂ ਉਹਨਾਂ ਦੀ ਲਾਈਨਸ ਗਾਈ ਜਾ ਰਹੀ ਹਾਂ ਗਾਈ ਜਾ ਰਹੀ ਹਾਂ, ਫਿਰ ਜਦੋਂ ਉਹਨਾਂ ਦੀ ਟਰਨ ਆਈ ਨਾ, ਹੁਣ ਇਹਨੇ ਮੇਰਾ ਗਾਣਾ ਗਾਤਾ ਕੀ ਕਰਾਂ ਵਿਦ ਮੀ ਯੂਜਲੀ, ਫਿਰ ਮੈਂ ਦਰਾਰਾ ਨਾ ਨਾ ਨਾ, ਹੁਣੇ ਵੀ ਮੈਂ ਜੋ ਰਾਮ ਜੀ ਕੀ ਚਾਲ 'ਚ ਵੀ ਕੀਤਾ ਸੀ ਉਹ ਫਿਰ ਮੈਨੂੰ ਇੱਦਾਂ ਕਵਰ ਕਰਨਾ ਪੈਂਦਾ। ਸਿਮਰ ਤੁਹਾਨੂੰ ਕੋਈ ਹੋਰ ਜਾਂ ਉੱਥੇ ਬੈਠੇ ਬੈਠੇ ਸਲਾਹ ਬਣ ਗਈ ਇਥੋਂ ਨਾ ਅੱਗੇ ਆਪਾਂ ਇਹ ਕਰਾਂਗੇ, ਕੀ ਇਹ ਗੱਲ ਤੈਅ ਹੋਈ ਹੈ ਕਿ ਤੁਹਾਡੀ ਹੁਣ ਜਿਵੇਂ ਗੋਲਡ ਬਾਏ ਨਿਰਮਾਣ ਕਿ ਆਪਾਂ ਅਗਲਾ ਗਾਣਾ ਨਾ ਇਹ ਟਾਈਮ 'ਚ ਕਰਨਾ ਹੈ ਔਰ ਆਪਾਂ ਹੀ ਕਰਨਾ ਹੈਗਾ, ਕੁਝ ਇਹ ਤੈਅ ਹੋਇਆ? ਮੈਂ ਸ਼ੇਡ ਸ਼ੂਟਸ ਦੋ ਯਾਰ, ਮਤਲਬ ਹੁਣ ਮੈਂ ਥੋੜਾ ਸਟਾਈਲ ਮਾਰੂੰਗੀ ਨਾ। ਵੈਰੀ ਗੁੱਡ ਯਾਰ, ਨਹੀਂ ਡੈਫੀਨੇਟਲੀ ਅੱਗੇ ਵੀ ਪਲਾਨਸ ਹੈ ਜੀ, ਗਾਣੇ ਕਰ ਰਹੇ ਹਾਂ ਇਹਨਾਂ ਨਾਲ ਵੀ ਕਰ ਰਹੇ ਹਾਂ, ਹੋਰ ਵੀ ਗਾਣੇ ਕਰ ਰਹੇ ਹਾਂ, ਸੋ ਯੈਸ ਹੁਣ ਨਹੀਂ ਰੁਕਦੀ। ਵੈਰੀ ਗੁੱਡ, ਰੁਕਣਾ ਵੀ ਚਾਹੀਦਾ ਸਿਮਰ। ਸੱਚੀ ਗੱਲ ਦੱਸਾਂ ਕਿ ਜਿਵੇਂ ਮੈਂ ਸੱਚੀ ਗੱਲ ਮੈਂ ਤਾਂ ਤੁਹਾਡੇ ਉਹ ਰਿਐਲਿਟੀ ਸ਼ੋਜ਼ ਦੇ ਉਹ ਐਪੀਸੋਡਸ ਦੇਖੇ ਹੈ, ਕਿ ਮੈਨੂੰ ਪਤਾ ਹੈ ਕਿ ਸਿਮਰ ਦਾ ਲੈਵਲ ਕੀ ਹੈ, ਗਾਇਕੀ ਦਾ ਲੈਵਲ ਕੀ ਹੈ। ਇਸੇ ਕਰਕੇ ਮੈਂ ਸਟਾਰਟਿੰਗ 'ਚੋਂ ਮੈਂ ਜਦੋਂ ਤੁਹਾਡੇ ਬਾਰੇ ਸੋਚ ਰਿਹਾ ਸੀ ਨਾ, ਮੈਨੂੰ ਪਤਾ ਲੱਗਿਆ ਸਿਮਰ ਨੇ ਆਉਣਾ, ਤਾਂ ਮੈਂ ਸੋਚ ਰਿਹਾ ਸੀ ਯਾਰ, ਮੈਂ ਕਿਹਾ ਮੈਂ ਕਿਹੜੀ ਚੀਜ਼ ਇਹਦੇ ਨਾਲ ਰਿਜ਼ੈਂਬਲ ਕਰਾਂ। ਫਿਰ ਮੇਰੇ ਦਿਮਾਗ 'ਚ ਆਈ ਉਹ ਗੱਲ, ਮੈਂ ਕਿਹਾ ਡੋਰ ਜਿੰਨੀ ਡੋਰ ਲੰਮੀ ਹੋਵੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਪਤੰਗ ਉੱਤੇ ਚੱਕ ਜਾਊਗਾ, ਗਾਉਣ ਦਾ ਸਲੀਕਾ ਜ਼ਰੂਰੀ ਹੈ ਨਾ। ਸੋ ਇਸ ਕਰਕੇ ਤੁਹਾਨੂੰ ਸੁਰਾਂ, ਸੱਤ ਸੁਰਾਂ ਦੀ ਤਾਂ ਹਰ ਕੋਈ ਖੇਡ ਲੈਂਦਾ, ਪਰ ਦਿਲ 'ਚ ਥਾਂ ਬਣਾਉਣੀ ਬੜੀ ਜ਼ਰੂਰੀ ਹੁੰਦੀ ਹੈ। ਉਦੋਂ ਤੁਸੀਂ ਦਿਲ 'ਚ ਥਾਂ ਬਣਾਈ ਸੀ, ਵਿੱਚ ਗੈਪ ਆ ਗਿਆ, ਮੇਰੇ ਹਿਸਾਬ ਨਾਲ ਹੁਣ ਤੁਸੀਂ ਲੱਗੇ ਰਹੇ ਹੋ ਜੀ। ਥੈਂਕ ਯੂ ਸੋ ਮਚ। ਔਰ ਸਿਮਰ ਅੱਜ ਆਪਣੀਆਂ ਗੱਲਾਂ ਨੂੰ ਆਪਾਂ ਇੱਥੇ ਪੌਜ਼ ਕਰਦੇ ਹਾਂ, ਅਗਲੀ ਵਾਰੀ ਮੁਲਾਕਾਤ ਹੋਏਗੀ, ਗੱਲਾਂ ਇੱਥੋਂ ਹੀ ਚੱਕਾਂਗੇ। ਬਿਲਕੁਲ ਜੀ, ਥੈਂਕ ਯੂ। ਚਲੋ ਬਿਹਤਰੀਨ ਗਾਣਿਆਂ ਲਈ ਸੁਣਦੇ ਰਹੋ ਮਾਈ ਐਫਐਮ। ਚਲੋ ਅੱਜ ਕੁਝ ਅੱਛਾ ਸੁਣਤੇ ਹੈ, ਜਿਉ ਦਿਲ ਸੇ। ਆ ਜਾ ਨੱਚ ਨਵੀਏ ਪਰ ਜਾਈਏ, ਆ ਜਾ ਨੱਚ ਨਵੀਏ ਪਰ ਜਾਈਏ, ਕਿਤੇ ਨੀ ਤੇਰੀ ਮਹਿੰਦੀ ਲੱਥਦੀ, ਆਪੇ ਆਵੇਂਗੀ ਨੀ ਆਪੇ ਆਵੇਂਗੀ, ਆਪੇ ਆਵੇਂਗੀ ਜਾ ਖਿੱਚ ਕੇ ਲਿਆਈਏ, ਕਿਤੇ ਨੀ ਤੇਰੀ ਮਹਿੰਦੀ ਲੱਥਦੀ, ਬੱਲੇ ਬੱਲੇ ਕਿਤੇ ਨੀ ਤੇਰੀ ਮਹਿੰਦੀ ਲੱਥਦੀ, ਸ਼ਾਵਾ ਸ਼ਾਵਾ ਕਿਤੇ ਨੀ ਤੇਰੀ ਮਹਿੰਦੀ ਲੱਥਦੀ। ਸ਼ਰਤ ਹੈ ਸਾਡੀ ਕੁੰਡ ਕੱਢ ਕੇ ਨੀ ਨੱਚਣਾ, ਲੱਕ ਵੀ ਹਲਾਉਣਾ ਤੇ ਪੰਬੂਕੇ ਵਾਂਗੂ ਮੱਚਣਾ, ਬਾਂਹ ਕੱਢ ਕੇ ਬੋਲੀਆਂ ਪਾਈਏ, ਬਾਂਹ ਕੱਢ ਕੇ ਬੋਲੀਆਂ ਪਾਈਏ, ਕਿਤੇ ਨੀ ਤੇਰੀ ਮਹਿੰਦੀ ਲੱਥਦੀ, ਬੱਲੇ ਬੱਲੇ ਕਿਤੇ ਨੀ ਤੇਰੀ ਮਹਿੰਦੀ ਲੱਥਦੀ, ਸ਼ਾਵਾ ਸ਼ਾਵਾ ਕਿਤੇ ਨੀ ਤੇਰੀ ਮਹਿੰਦੀ ਲੱਥਦੀ।